ਕਵਨ ਕਵਨ ਕਹਿ ਕਹਿ ਗਾਵਾ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਬਰਨ ਨਾ ਸਕੋ ਸਰਵ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੇ ਮਨ ਜੋਨ ਗੁਰ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹੱਕ ਰਾਹ ਤੇਗ ਰਾ ਫਤਹ ਗੁਰ ਗੋਬਿੰਦ ਸਿੰਘ ਜਾਨੋ ਦਿਲਦਾ ਰਹਾ ਗੁਰ ਗੋਬਿੰਦ ਸਿੰਘ ਕਾਦਰੇ ਹਰ ਕਾਰ ਗੋਬਿੰਦ ਸਿੰਘ ਬੇਕ ਸਾਰਾ ਯਾਰ ਸੋਬੇ ਕੀਨਾ ਗੁਰ ਗੋਬਿੰਦ ਸਿੰਘ ਹੱਕ ਹੱਕ ਆਇਆ ਗੁਰ ਗੋਬਿੰਦ ਸਿੰਘ ਹੱਕ ਹੱਕ ਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਆਨੰਦ ਗੁਣੀ ਨਿਦਾ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸੋਢੀ ਸੁਲਗਾ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਾ ਹਰ ਰੇਸ ਜੁਗ ਜਾ ਹਰ ਰੇਸ ਜੁਗ ਜਾ ਹਰ ਰੇਸ ਜੁਗ
ਕਿਰਪਾ ਨਿਤੇ
के चरण बसे ले नहीं रे Yeah.
ਪ੍ਰਗਟ ਕਰ ਜਾਣੇ ਆਠ ਪਹਿਰ ਪ੍ਰਗਟ ਕਰ ਜਾਣੇ ਪ੍ਰਭ ਕਾ ਕੀਆ ਮੀਠਾ ਮਾਨੇ ਓ ਪ੍ਰਭ ਕਾ ਕੀਆ ਮੀਠਾ ਮਾਨੇ ਇੱਕ ਨਾਮ ਸ਼ਰਾ
ਸਤਰ ਸਤਰ ਚੰਕੇ ਕਸਮਾਨੇ
ਕਹੋ
ਹਰ ਸੋਗਨ ਦੇ ਜਲ ਜੋਗਨ ਦੇ ਬਹੁ ਪਾਤ ਬਚਾਵੇ ਸਤਿ ਕੇ ਸਾਚੇ ਪਾਂਡੇ
सती के साथ बहाने डगमग डगमग शाद रे शाद मन भरा डगमग शाद रे डगमग शाद रे डगमग शाद रे शाद मन भरा डगमग शाद रे डगमग शाद रे मन बारा डगमग शाद रे अब तो जरे मरे सिद्ध पाइए नीनो हाथ सिंदूरा नीनो हाथ सिंदूरा डगमग शाद रे डगमग शाद रे काम क्रोध माया के लीने अबिद जगत बिगुता डगमग शाद रे डगमग शाद रे मन बोरा डगमग शाद रे डगमग डगमग शाद रे शाद रे मन बोरा डगमग शाद रे डगमग शाद रे डगमग शाद रे जो तो
प्रेम के नैन का जाओ सिर तर तले गले मेरिया जा ਮਾਣ ਮਹੱਤਾ ਤੇ ਜਪਨਾਇਆ ਪੁਜਰ
ਸਰਬ ਕਲਾ ਭਰਪੂਰ ਜਿਸੇ ਜਤ ਕਥਾ ਨਾਨਕ ਦਾ ਸੰਦਾਸ ਤੁਧ ਅਗੈ ਬਿਨ ਬਤਾ ਸਰਬ ਕਲਾ ਭਰਪੂਰ ਜਿਸੇ ਜਤ ਕਥਾ ਨਾਨਕ ਦਾ ਸੰਦਾਸ ਤੁਧ ਅਗੈ ਵਾਹਿਗੁਰੂ ਜੀ ਕੀ ਫਤਿਹ। ਸਰਵ ਬ੍ਰਹਿਮੰਡ ਦੇ ਪ੍ਰਤਪਾਲਕ ਤਿੰਨਾਂ ਦੀ ਹਜ਼ੂਰੀ 'ਚ ਸੁਸ਼ੋਭਤ ਗੁਰੂ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਬੜੇ ਰਸ ਚਾ ਕੇ, ਆਨੰਦ ਚਾ ਕੇ, ਬੜੀ ਮਿੱਠੀ ਧੁੰਨ ਨਾਲ, ਰਾਗ ਤਨ ਵਿੱਚ ਤਾਲ ਵਿੱਚ ਆ ਕੇ ਭਾਈ ਜਗਤਾਰ ਸਿੰਘ ਜੀ ਅਤੇ ਉਹਨਾਂ ਦਾ ਜਥਾ ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਉਹਨਾਂ ਪਾਸੋਂ ਕੀਰਤਨ ਸੁਣਿਆ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ, ਸੰਗਤ ਨੂੰ ਉਹਨਾਂ ਨੇ ਨਿਹਾਲ ਕੀਤਾ, ਦਰਸ਼ਨ ਦਾਰੇ ਵੀ ਦਿੱਤੇ, ਨਿਹਾਲ ਵੀ ਕੀਤਾ। ਹੁਣ ਵਾਰੀ ਹੈ ਫਿਰ ਗੁਰ ਇਤਿਹਾਸ ਸੁਣਨ ਦੀ, ਇੱਕ ਨਿਜਤ ਪਰੰਪਰਾ ਮੁਤਾਬਕ ਇਲਾਕੇ 'ਚ ਪਿਛਲੇ 31 ਦਿਨ ਤੋਂ ਸੁਣਨ ਤੋਂ ਬਾਅਦ ਕੱਲ੍ਹ ਪਹਿਲਾ, ਅੱਜ ਦੂਸਰਾ ਸ਼ਹੀਦੀ ਸਪਤਾਹ ਹੈ ਕੱਲੂ ਘਾਰੇ ਦਾ। ਉਹ ਬੜੀ ਦਰਦ, ਉਹ ਬੜੀ ਕਸਕ, ਉਹ ਬੜੇ ਮਨ ਦੀ ਹਿਰਦੇ ਵੇਦਕ ਜੋ ਦਰਦ ਹੈ ਉਹਦਾ ਪ੍ਰਗਟਾਵਾ ਕਰਨ ਦੇ ਲਈ, ਉਹਦਾ ਕਥਾਰਸਿਸ ਕਰਨ ਦੇ ਲਈ ਦਮਦਮੀ ਟਕਸਾਲ ਦੇ ਮਹਾਨ ਮਹਾਨ ਯੋਧੇ, ਮਹਾਨ ਮਹਾਨ ਗੁਰੂ ਪਿਆਰੇ ਕਹਿਣੀ ਕਥੀ ਦੇ ਇੱਕ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਤੇ ਤਿੰਨਾਂ ਦੇ ਨਾਲ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਉਹਨਾਂ ਦੀ ਸਿਮਰਤੀ 'ਚ ਇਹ ਸ਼ੇ ਸ਼ਹੀਦੀ ਜੋ ਸਪਤਾਹਿਕ ਹੈ 35ਵਾਂ, ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਪਿਛਲੇ ਮਹੀਨੇ ਤੋਂ ਲਗਾਤਾਰ 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 ਸੰਗਤ ਨੂੰ ਨਿਹਾਲੋ ਨਿਹਾਲ ਕੀਤਾ, ਪਿੰਡ ਪਿੰਡ ਵਿਚਰ ਕੇ, ਪਿੰਡ ਪਿੰਡ ਜਾ ਕੇ, ਪਿੰਡ ਪਿੰਡ ਹਰ ਇੱਕ ਦੀ ਬੇਨਤੀ ਪ੍ਰਵਾਨ ਕਰਕੇ ਦਰਸ਼ਨ ਦਰਦਾਰ ਦੇ ਕੇ ਕਰਤਾਰਥ ਕੀਤਾ। ਮਹਾਂਪੁਰਖਾਂ ਦਾ ਸੰਗਤ 'ਚ ਇਹ ਜਾਗਰੂਕਤਾ ਲਿਆਉਣੀ, ਗੁਰਪੁਰਬ ਦਾ ਇਹ ਪ੍ਰਚਾਰ ਅਤੇ ਓਨ ਮਾਨਾ ਅਨ ਮਹਾਨ ਸ਼ਹੀਦਾਂ ਨੂੰ ਮਹਾਨ ਮਹਾਨ ਸੱਚੀ ਸੁੱਚੀ ਸ਼ਰਧਾਂਜਲੀ ਭੇਟ ਕਰ ਉਪਰਾਲਾ ਕਰਨ ਦੇ ਲਈ ਉਹਨਾਂ ਦਾ ਧੰਨਵਾਦ। ਅੱਜ ਵੀ ਸੰਗਤ 'ਚ ਆਏ ਨੇ, ਉਹਨਾਂ ਦਾ ਅਭਿਨੰਦਨ ਹੈ, ਉਹਨਾਂ ਨੂੰ ਜੀ ਆਇਆ ਹੈ, ਸਾਰੀ ਸੰਗਤ ਨੂੰ ਜੀ ਆਇਆ ਹੈ। ਆਪ ਸਾਰੀ ਸੰਗਤ ਕੱਲ੍ਹ ਨੂੰ ਪਹਿਲੇ ਪਹੁੰਚੇ ਹੋ, ਹਾਲ ਤਕਰੀਬਨ ਬਾਹਰ ਵੀ ਕਾਫੀ ਸੰਗਤ ਹੈ, ਇਸੇ ਤਰ੍ਹਾਂ ਰੋਜ਼ ਅਸੀਂ ਇੱਥੇ 3:30 ਵਜੇ ਤੱਕ ਇਕੱਠੇ ਹੋ ਜਾ ਕਰਨਾ ਹੈ। ਮੈਂ ਮਹਾਂਪੁਰਖਾਂ ਦਾ ਕਿਉਂਕਿ ਪ੍ਰਵਚਨ ਸੁਣਾਉਣ ਦਾ, ਸੁਣਨ ਦਾ, ਇਹਦੇ ਵਿੱਚ ਸਾਰੀ ਸੰਗਤ ਦਾ ਆਨੰਦ ਲੈਣ ਦਾ ਸਮਾਂ ਹੋ ਚੁੱਕਾ, ਬੇਨਤੀ ਕਰਾਂ ਮਹਾਂਪੁਰਖਾਂ ਦੇ ਚਰਨਾਂ 'ਚ ਉਹ ਸਾਰੀ ਸੰਗਤ ਨੂੰ ਨਿਹਾਲੋ ਨਿਹਾਲ ਕਰਨ, ਗੁਰੂ ਸੰਗਤ ਦਿਓ, ਗੁਰਸੰਗਤ ਦਾ ਇਤਿਹਾਸ ਉਹਨਾਂ ਪਾਸੋਂ ਸੁਣੋ, ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕੀਤੀ ਹੈ। ਮਹਾਂਪੁਰਖ ਜੀ ਸੁਸ਼ੋਭਤ ਨੇ, ਆਗਿਆ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ
ਕੰਦਨ ਅਮਰ ਦਾਸ ਗੁਰ ਹਿਰਦੈ ਧਿਆਵੋ ਗੁਰ ਹਿਰਦੈ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਗਨਨ ਬਿਗਨਨ ਕੇ ਨਾਸਕ ਹਰ ਗੋਬਿੰਦ ਸੋਭ ਸੁਮਤ ਪ੍ਰਕਾਸਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਗੁਰ ਹਰ ਕ੍ਰਿਸ਼ਨ ਮਨਾਇ ਬਹੋਰੀ ਤੇਗ ਬਹਾਦਰ ਪਰਮ ਕਿਰਪਾਲ ਪਰਮ ਕਿਰਪਾਲ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ ਤਰੋਂ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਾ ਬੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਰੂਪ ਚੰਦ ਭੀਵਾ ਜੁਗਲ ਬਸ ਹੈ ਸਰੰਦ ਮਝਾਰ ਕਿਰਤ ਕਰਹਿ ਸਿੱਖਨ ਮਿਲਹਿ ਬਾਂਟਤ ਅਚਹਿ ਆਹਾਰ ਰੂਪ ਚੰਦ ਪੀਵਾ ਜੁਗਲ ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਸ਼ਹੀਦੀ ਘੱਲੂਘਾਰਾ ਹਫ਼ਤੇ ਦੇ ਦੂਸਰੇ 2 ਜੂਨ ਦੇ ਇਸ ਮਹਾਨ ਸ਼ਹੀਦੀ ਦੀਵਾਨ ਵਿੱਚ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਰਮ ਪਵਿੱਤਰ ਹਜ਼ੂਰੀ ਵਿਖੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ 6 ਜੂਨ 1984 ਦੇ ਉਹਨਾਂ ਸ਼ਹੀਦਾਂ ਦੇ ਅਸਥਾਨ 'ਤੇ ਉਹਨਾਂ ਦੇ ਘਰ ਵਿੱਚ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜਨ ਦਾ ਇਹ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ, ਜਿੱਥੇ ਆਪਾਂ ਜੂਨ 1984 ਦੇ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰ ਰਹੇ ਹਾਂ। ਅੱਜ ਉੱਥੇ ਮਹਾਂਪੁਰਖ ਦਮਦਮੇ ਟਕਸਾਲ ਦੇ 14ਵੇਂ ਮੁਖੀ ਕਥਨੀ ਕਰਨੀ ਦੇ ਪੂਰੇ ਸੂਰੇ ਸੂਰਬੀਰ ਮਹਾਂਬਲੀ ਯੋਧੇ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਪਾਵਨ ਜਨਮ ਦਿਹਾੜਾ ਵੀ ਹੈ। ਸਤ ਸੰਗਤ ਜੀ, ਧਾਰਮਿਕ ਸ਼ਾਸਤਰਾਂ ਅੰਦਰ 6 ਤਰ੍ਹਾਂ ਦੀ ਗਤੀ ਮੰਨੀ ਹੈ, ਪੁੰਨੀ ਲੋਕਾਂ ਦੀ ਗਤੀ, ਪਾਪੀ ਲੋਕਾਂ ਦੀ ਗਤੀ, ਯੋਗ ਭ੍ਰਿਸ਼ਟਾਂ ਦੀ ਗਤੀ, ਚੌਥੇ ਨੰਬਰ 'ਤੇ ਯੋਗੀਆਂ ਦੀ ਗਤੀ, 5ਵੇਂ ਨੰਬਰ 'ਤੇ ਵਿਦੇਹ ਮੁਕਤਾਂ ਦੀ ਗਤੀ, 6ਵੇਂ ਨੰਬਰ 'ਤੇ ਜੀਵਨ ਮੁਕਤਾਂ ਦੀ ਗਤੀ ਔਰ 7ਵੇਂ ਥਾਂ 'ਤੇ ਕਾਰਕ ਪੁਰਸ਼ਾਂ ਦਾ ਸੰਸਾਰ ਦੇ ਜੀਵਾਂ ਦੇ ਭਲੇ ਲਈ ਪਰ ਉਪਕਾਰ ਕਰਨ ਵਾਸਤੇ ਮਾਤ ਲੋਕ 'ਤੇ ਆ ਕੇ ਜੀਵਾਂ ਦੀ ਸੇਵਾ ਕਰਨੀ, ਪਾਪੀ ਲੋਕ ਪਾਪ ਕਮਾ ਕੇ ਨਰਕਾਂ ਦੇ ਭਾਗੀ ਬਣ ਜਾਂਦੇ ਹੈ, ਨਰਕਾਂ ਦਾ ਥਾਂ ਲੈ ਲੈਂਦੇ ਹਨ, ਕਿਉਂ ਉਹਨਾਂ ਦੀ ਗਤੀ ਨਰਕਾਂ ਵਿੱਚ ਹੀ ਰਹਿਣ ਵਾਸਤੇ ਹੁੰਦੀ ਹੈ, ਗਤੀ ਨਾਮ ਜਾਣਦਾ ਹੁੰਦਾ ਔਰ ਉਹ ਨਰਕਾਂ ਵਿੱਚ ਹੀ ਜਾਂਦੇ ਹੈ। ਪੁੰਨੀ ਲੋਕ ਦਾਨ ਪੁੰਨ ਕਰਕੇ ਸਵਰਗਾਂ ਨੂੰ ਚਲੇ ਜਾਂਦੇ ਹਨ, ਯੋਗ ਭ੍ਰਸ਼ਟ ਤਪੱਸਿਆ ਕਰਦੇ ਕਰਦੇ ਸਾਧਨਾ ਕਰਦਿਆਂ ਸਾਧਨਾ ਵਿੱਚ ਰਹਿ ਗਈ, ਇਹਨੂੰ ਜਗਿਆਸੂ ਦੀ ਅਵਸਥਾ ਵੀ ਕਿਹਾ ਜਾਂਦਾ ਹੈ ਔਰ ਸਰੀਰ ਵਿੱਚ ਛੁੱਟ ਗਿਆ, ਜਿੱਥੇ ਦੁਬਾਰਾ ਪ੍ਰਭੂ ਪ੍ਰਾਇਣ ਭਗਤੀ ਬੰਦਗੀ ਕਰਨ ਵਾਲੀ ਆਤਮਾਵਾਂ ਦੇ ਘਰ ਵਿੱਚ ਜਨਮ ਮਿਲਿਆ, ਉੱਥੋਂ ਅਗਲਾ ਆਪਣੇ ਜੀਵਨ ਦਾ ਪੰਧ ਸ਼ੁਰੂ ਕਰ ਲੈਂਦਾ, ਉਹਨੂੰ ਯੋਗ ਭ੍ਰਸ਼ਟ ਕਿਹਾ ਜਾਂਦਾ ਹੈ ਔਰ ਫਿਰ ਉਹ ਤਪੱਸਿਆ ਸਾਧਨ ਕਰਕੇ ਆਪਣੇ ਪੰਧ ਨੂੰ ਆਪਣੇ ਰਸਤੇ ਨੂੰ ਪੂਰਾ ਕਰ ਲੈਂਦਾ ਹੈ। ਯੋਗੀ ਲੋਕ ਦਸਮ ਦੁਆਰ ਦੇ ਵਿੱਚ ਆਪਣੇ ਪ੍ਰਾਣਾਂ ਨੂੰ ਟਿਕਾ ਕੇ ਸੂਰਜ ਲੋਕ ਨੂੰ ਵਿੰਨ ਕੇ ਬ੍ਰਹਮ ਲੋਕ ਦੇ ਵਿੱਚ ਜਾ ਕੇ ਨਿਵਾਸ ਕਰ ਲੈਂਦਾ ਹੈ। ਜੀਵਨ ਮੁਕਤ ਮਹਾਂਪੁਰਖ ਦੇਹ ਦੇ ਹੁੰਦਿਆਂ ਹੀ ਮੁਕਤੀ ਨੂੰ ਹਾਸਲ ਕਰ ਲੈਂਦਾ ਹੈ, ਵਿਦੇਹ ਮੁਕਤ ਦੇਹ ਤੋਂ ਵੀ ਪਰੇ ਹੋ ਜਾਇਆ ਕਰਦਾ ਹੈ।
ਕਾਰਕ ਪੁਰਸ਼ ਜੋ ਹੁੰਦੇ ਹੈ ਉਹ ਅਵਤਾਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਜਬ ਜਬ ਹੋਤ ਰਿਸ਼ਟ ਸੰਸਾਰਾ ਤਬ ਤਬ ਦੇਹ ਧਰਤ ਅਵਤਾਰਾ, ਇਹ ਦਸਮ ਪਿਤਾ ਜੀ ਦੇ ਬਚਨ ਹਨ। ਜਦੋਂ ਜਦੋਂ ਧਰਤੀ ਉੱਤੇ ਪਾਪ ਫੈਲਦੇ ਹੈ ਉਦੋਂ ਪਰਮੇਸ਼ਰ ਮਨੁੱਖਾ ਜਾਮਾ ਧਾਰਨ ਕਰਕੇ ਮਾਤ ਲੋਕ 'ਤੇ ਆਉਂਦੇ ਹੈ। ਔਰ ਜਿਹੜੇ ਅਵਤਾਰੀ ਪੁਰਸ਼ ਹੋਇਆ ਕਰਦੇ ਹੈ ਉਹ ਧਰਮ ਵਿੱਚ ਸੰਸਾਰ ਨੂੰ ਪ੍ਰਪੱਕ ਕਰਨ ਵਾਸਤੇ ਜਨਮ ਲੈ ਕੇ ਆਇਆ ਕਰਦੇ ਹਨ, ਕਿਉਂਕਿ ਸ੍ਰਿਸ਼ਟੀ ਜਦੋਂ ਆਪਣੇ ਅਸਲੀ ਨਿਯਮਾਂ ਤੋਂ ਪਰੇ ਚਲੀ ਜਾਏ, ਲੋਕ ਪਾਪਾਂ ਦੇ ਵਿੱਚ ਗ੍ਰਸਤ ਹੋ ਜਾਣ, ਫਿਰ ਜੀਵਾਂ ਨੂੰ ਸਿੱਧੇ ਰਸਤੇ 'ਤੇ ਪਾਉਣ ਵਾਸਤੇ ਅਵਤਾਰੀ ਰੂਹਾਂ ਜਨਮ ਲੈਂਦੀਆਂ ਹਨ। ਵਿਆਖਿਆ ਕਰਨ ਦਾ ਸਮਾਂ ਮੇਰੇ ਪਾਸ ਨਹੀਂ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਕਾਰਕ ਪੁਰਸ਼ਾਂ ਦੀ ਗਤੀ ਦੇ ਮਾਲਕ ਸਨ। ਸਤੀਸ਼ ਜੈਕਬ ਔਰ ਮਾਰਕ ਟੱਲੀ ਨੇ ਆਪਣੀ ਜੋ ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਦੀ ਗਾਥਾ ਲਿਖੀ ਹੈ, ਉਸ ਵਿੱਚ ਇੱਕ ਥਾਂ 'ਤੇ ਉਹਨਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਦਾ ਜੋ ਜਾਹੋ ਜਲਾਲ ਤਪ ਤੇਜ ਆਪਣੀ ਅੱਖਾਂ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਤੱਕਿਆ, ਉਹਨਾਂ ਨੇ ਇੱਕ ਲਾਈਨ ਲਿਖੀ ਹੈ। ਉਹ ਕਹਿੰਦੇ ਜਦੋਂ ਅਸੀਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਸਾਹਮਣੇ ਗਏ ਤਾਂ ਸਾਨੂੰ ਉਹਨਾਂ ਦੀ ਅਵਤਾਰੀ ਦਿੱਖ ਦਾ ਜਲਵਾ ਮਹਿਸੂਸ ਹੋਇਆ। ਇੱਕ ਸਾਧ ਸਿੰਘ ਜੀ, BBC ਲੰਡਨ ਦੇ ਪੱਤਰਕਾਰ, ਹੋਰ ਧਰਮ ਦੇ ਲੋਕ, ਉਹ ਵੀ ਉਸ ਮਹਾਨ ਆਤਮਾ ਦਾ ਪ੍ਰਭਾਵ ਕਬੂਲ ਕਰਨ ਤੋਂ ਰਹਿ ਨਹੀਂ ਸਕੇ ਔਰ ਆਪਣੇ ਸਮੇਂ ਦੇ ਉਹ ਐਡੇ ਵੱਡੇ ਪੜ੍ਹੇ ਲਿਖੇ ਵਿਦਵਾਨ ਕਿ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਇਹ ਗੱਲ ਪਹਿਲਾਂ ਹੀ ਦੱਸ ਦਿੱਤੀ ਸੀ ਕਿ ਜੋ ਤੂੰ ਹਰਿਮੰਦਰ ਸਾਹਿਬ ਦੇ ਉੱਤੇ ਹਮਲਾ ਕਰਨ ਦੀ ਬਿਉਂਤ ਬਣਾ ਲਈ ਹੈ, ਤੇਰੇ ਜ਼ਿੰਦਗੀ ਦੀ ਅਖੀਰਲੀ ਲੜਾਈ ਹੈ। ਔਰ ਕਿਤਾਬ ਦਾ ਹੈਡਿੰਗ ਵੀ ਉਹਨਾਂ ਨੇ ਇਹ ਲਿਖਿਆ, ਇੰਦਰਾ ਗਾਂਧੀ ਦੀ ਅਖੀਰਲੀ ਅੰਤਲੀ ਲੜਾਈ। ਪੜ੍ਹ ਲਿਓ ਅੰਗਰੇਜ਼ੀ ਵਿੱਚ ਇਹ ਪੁਸਤਕ। ਬੜਾ ਲੰਮਾ ਸਮਾਂ ਬੈਨ ਰਹੀ ਭਾਰਤ ਸਰਕਾਰ ਵੱਲੋਂ, ਪਰ ਅੱਜ ਉਸ ਦਾ ਉਲੱਥਾ ਵੀ ਮਿਲ ਜਾਂਦਾ, ਕਿਤੋਂ ਕਿਤੋਂ ਪ੍ਰਾਪਤ ਹੋ ਜਾਂਦੀ ਹੈ। ਪਰ ਉਹ ਵੀ ਮਹਾਂਪੁਰਖਾਂ ਦੇ ਪ੍ਰਭਾਵ ਨੂੰ ਵੇਖ ਕੇ ਪ੍ਰਭਾਵਿਤ ਹੋਣ ਤੋਂ ਰਹਿ ਨਹੀਂ ਸਕੇ। ਸਾਧ ਸੰਗਤ ਜੀ, ਇਸ ਮਹਾਨ ਦਿਵ ਆਤਮਾ ਦਾ ਜਨਮ 2 ਜੂਨ ਭਾਵ ਅੱਜ ਦੇ ਦਿਨ ਨਗਰ ਰੋਡੇ ਜ਼ਿਲ੍ਹਾ ਮੋਗਾ ਗੁਰੂ ਘਰ ਦੇ ਮਹਾਨ ਸੇਵਕ ਪੰਥ ਨੂੰ ਸਮਰਪਿਤ ਆਤਮਾ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ, ਪੂਜਨੀਕ ਮਾਤਾ ਨਿਹਾਲ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਇਹ ਪਰਿਵਾਰ, ਇਹ ਘਰ ਔਰ ਉਸ ਮਾਂ ਦੀ ਕੁੱਖ ਕਿੰਨੀ ਪਵਿੱਤਰ ਹੋਏਗੀ ਜਿਸ ਮਾਂ ਦੀ ਕੁੱਖ ਵਿੱਚ ਇਸ ਆਤਮਾ ਨੇ ਆ ਕੇ ਜਨਮ ਲਿਆ। ਸਤ ਸੰਗਤ ਜੀ, ਮਹਾਂਪੁਰਖਾਂ ਦੇ ਦਾਦਾ ਜੀ ਸਨ ਸਰਦਾਰ ਹਰਨਾਮ ਸਿੰਘ ਜੀ, ਔਰ ਉਹ ਕਿੰਨੇ ਵੱਡੇ ਗੁਰੂ ਘਰ ਦੇ ਨਿਰਮਾਣ ਸੇਵਕ ਸਨ,
ਜਦੋਂ ਬ੍ਰਹਮ ਗਿਆਨੀ ਪੰਥ ਰਤਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਰੋਡੇ ਨਗਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 101 ਅਖੰਡ ਪਾਠਾਂ ਦੀ ਲੜੀ ਚਲਾਈ, ਉਦੋਂ ਲੋਕ ਬੈਲਾਂ ਨੂੰ ਅੱਗੇ ਜੋੜ ਕੇ ਖਰਾਸਾਂ 'ਤੇ ਆਟਾ ਪੀਸਿਆ ਕਰਦੇ ਸਨ ਵੱਡੇ ਵੱਡੇ ਪੁੜਾਂ ਵਿੱਚ। ਆਪਾਂ ਇੱਥੇ ਵੀ ਦੇਖਿਆ ਜਿਹੜਾ ਮਗਰ ਖੂਹ ਲਗਾਇਆ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੇ, ਉਸ ਉੱਤੇ ਉਹਨਾਂ ਨੇ ਖਰਾਸ ਲਵਾਇਆ ਸੀ। ਉਹ ਬੈਲ ਨਾਲ ਜੋੜ ਕੇ ਲੋਕ ਆਟਾ ਪੀਸਿਆ ਕਰਦੇ ਸਨ, ਵੱਡੇ ਵੱਡੇ ਪੁੜ ਹੋਇਆ ਕਰਦੇ ਸਨ ਚੱਕੀਆਂ ਦੇ, ਉਸ ਨੂੰ ਖਰਾਸ ਕਿਹਾ ਜਾਂਦਾ ਸੀ। ਅੱਜ ਦੀ ਪੀੜ੍ਹੀ ਸ਼ਾਇਦ ਖਰਾਸ ਸ਼ਬਦ ਨੂੰ ਸੁਣ ਕੇ ਉਹਨਾਂ ਨੂੰ ਬੜਾ ਅਚੰਭਾ ਲੱਗੇਗਾ, ਕਿਉਂਕਿ ਉਹਨਾਂ ਨੇ ਬਹੁਤ ਘੱਟ ਇਹ ਪੁਰਾਣੀਆਂ ਪ੍ਰਾਚੀਨ ਵਸਤੂਆਂ ਦੇਖੀਆਂ ਹੋਣ। ਸਤ ਸੰਗਤ ਜੀ, ਉਸ ਸਮੇਂ ਨਗਰ ਦੇ ਬਜ਼ੁਰਗਾਂ ਨੇ, ਬਾਬਾ ਜੀ ਨੇ, ਮਹਾਂਪੁਰਖਾਂ ਦੇ ਦਾਦਾ ਜੀ ਨੇ, ਸਾਰਿਆਂ ਨੇ ਮਿਲ ਕੇ ਫੈਸਲਾ ਕੀਤਾ ਕਿ ਬੈਲ ਜੋੜ ਕੇ ਆਟਾ ਨਹੀਂ ਪੀਸਣਾ, ਆਪ ਲੱਕ ਬੰਨ ਕੇ ਆਪਣੇ ਲੱਕਾਂ ਨੂੰ ਬਿੰਡੀ ਪਾ ਕੇ ਉਹ ਸਾਰਾ ਜਿਹੜਾ ਆਟਾ ਅਸੀਂ ਆਪ ਪੀਸਿਆ ਕਰਨਾ, ਜਿੰਨਾ ਵੀ ਲੰਗਰ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਆਟਾ ਲੱਗਿਆ ਕਰੇਗਾ। ਇਹ ਸੇਵਾ ਦੀ ਮਹਾਨਤਾ, ਸੇਵਾ ਦੀ ਵਡਿਆਈ ਹੈ। ਮਹਾਂਪੁਰਖਾਂ ਦੇ ਪਿਤਾ ਜੀ ਦੇ ਪਿਤਾ ਬਾਬਾ ਹਰਨਾਮ ਸਿੰਘ ਜੀ ਆਪ ਖਰਾਸ ਵਿੱਚ ਅੱਗੇ ਬੈਲਾਂ ਦੀ ਥਾਂ ਜੁੜ ਕੇ ਹੋਰ ਸਿੰਘਾਂ ਦੇ ਨਾਲ ਆਟਾ ਪੀਸਣ ਦੀ ਸੇਵਾ ਕਰਦੇ ਰਹੇ, ਔਰ ਸੰਗਤ ਦੇ ਜੂਠੇ ਬਰਤਨ ਵੀ ਮਾਂਡਣੇ, ਝਾੜੂ ਵੀ ਦੇਣਾ, ਔਰ ਬੇਅੰਤ ਸੰਗਤਾਂ ਉਦੋਂ ਸਾਧ ਸੰਗਤ ਜੀ ਅਖੰਡ ਪਾਠਾਂ ਦੀਆਂ ਲੜੀਆਂ ਵੀ ਨਹੀਂ ਬਹੁਤੀਆਂ ਚੱਲਿਆ ਕਰਦੀਆਂ ਸਨ। ਵੈਸੇ ਤਾਂ 127 ਅਖੰਡ ਪਾਠ ਸਾਹਿਬਾਂ ਦੀ ਲੜੀ ਪੰਥ ਵਿੱਚ ਸਭ ਤੋਂ ਪਹਿਲਾਂ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਗੁਰਦੁਆਰਾ ਅਖੰਡ ਪ੍ਰਕਾਸ਼ ਭਿੰਡਰ ਕਲਾਂ ਵਿਖੇ ਹੀ ਕਰਵਾਈ ਸੀ। ਬਾਅਦ ਵਿੱਚ ਅਖੰਡ ਪਾਠਾਂ ਦੀ ਲੜੀ ਪੰਥ ਵਿੱਚ ਪ੍ਰਚਲਿਤ ਹੋਈ ਹੈ। ਇਸ ਲਈ ਉਸ ਸਮੇਂ ਲੜੀ ਕਰਵਾਉਣੀ ਔਰ ਸੇਵਾ ਕਰਨੀ ਬੜਾ ਕਠਿਨ ਮਾਰਗ ਸੀ, ਪਰ ਉਹ ਬਜ਼ੁਰਗ ਉੱਥੇ ਸੇਵਾ ਕਰਦੇ ਰਹੇ। ਔਰ ਫਿਰ ਸਾਧ ਸੰਗਤ ਜੀ, ਬਾਬਾ ਜੋਗਿੰਦਰ ਸਿੰਘ ਜੀ ਦਾ ਵੀ ਜੀਵਨ ਪੰਜਾਂ ਕਕਾਰਾਂ ਦੇ ਧਾਰਨੀ, ਪੰਜ ਬਾਣੀਆਂ, ਸੱਤਾਂ ਬਾਣੀਆਂ ਦੇ ਨਿਤਨੇਮੀ ਔਰ ਧਰਮ ਦੀ ਦਸਾਂ ਨਹੁੰ ਦੀ ਕਿਰਤ ਕਰਨ ਵਾਲੇ ਔਰ ਹਮੇਸ਼ਾ ਗੁਰੂ ਸਾਹਿਬ ਨੂੰ ਸਮਰਪਿਤ ਸਨ, ਔਰ ਮਹਾਂਪੁਰਖਾਂ ਦੇ ਮਾਤਾ ਨਿਹਾਲ ਕੌਰ ਜੀ ਕੈਸੀ ਵਿਲੱਖਣ ਆਤਮਾ ਸਨ, ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਜਾਣਦੇ ਹੈ। ਸਾਰੀ ਜ਼ਿੰਦਗੀ ਉਹਨਾਂ ਦੇ ਹੱਥ ਵਿੱਚ ਉਨ ਦੀ ਮਾਲਾ ਰਹੀ ਹੈ, ਜਿਸ ਮਾਲਾ ਨਾਲ ਉਹਨਾਂ ਨੇ ਮੂਲ ਮੰਤਰ ਦਾ ਅਭਿਆਸ ਕੀਤਾ, ਔਰ ਆਹ ਦੋ ਹੱਥਾਂ ਦੇ ਪੋਟੇ ਉਹਨਾਂ ਦੇ ਮਾਲਾ ਫੇਰਦਿਆਂ ਵੀ ਘੱਸ ਚੁੱਕੇ ਸਨ, ਮਾਸ ਇੱਥੋਂ ਪਤਲਾ ਹੋ ਚੁੱਕਾ ਸੀ। ਭਾਵ 36 ਮਾਲਾ ਤੋਂ ਵੀ ਉੱਤੇ ਮਾਤਾ ਜੀ ਰੋਜ਼ ਮੂਲ ਮੰਤਰ ਦੀ ਮਾਲਾ ਫੇਰਿਆ ਕਰਦੇ ਸਨ ਪੱਕੀਆਂ। ਔਰ ਉਹਨਾਂ ਦਾ ਨਿਯਮ ਸੀ ਕਿ ਜਿੰਨਾ ਚਿਰ ਪ੍ਰਸ਼ਾਦਾ ਤਿਆਰ ਕਰਕੇ ਗੁਰੂ ਸਾਹਿਬ ਨੂੰ ਭੋਗ ਨਹੀਂ ਲਵਾ ਦਿੰਦੇ, ਉਨਾ ਚਿਰ ਪਰਿਵਾਰ ਨੂੰ, ਬੱਚਿਆਂ ਨੂੰ ਪ੍ਰਸ਼ਾਦਾ ਨਹੀਂ ਛਕਣ ਵਾਸਤੇ ਦਿਆ ਕਰਦੇ ਸਨ।
ਸਭ ਤੋਂ ਪਹਿਲਾਂ ਉਹਨਾਂ ਨੇ ਜਿਹੋ ਜਿਹਾ ਘਰ ਵਿੱਚ ਲੰਗਰ ਬਣਾਇਆ, ਰੁੱਖਾ ਮਿੱਸਾ ਦਾਲ ਸਬਜ਼ੀ ਨਾਲ ਪੰਜ ਪ੍ਰਸ਼ਾਦੇ, ਔਰ ਸਾਧ ਸੰਗਤ ਜੀ ਉਹ ਪ੍ਰਸ਼ਾਦਿਆਂ ਦਾ ਭੋਗ ਸਤਿਗੁਰੂ ਨੂੰ ਲਾਉਣਾ, ਆਪ ਗਲ ਵਿੱਚ ਪੱਲਾ ਪਾ ਕੇ ਸ੍ਰੀ ਸਾਹਿਬ ਹੱਥ ਵਿੱਚ ਲੈ ਕੇ ਅਰਦਾਸ ਕਰਨੀ ਮਾਤਾ ਨਿਹਾਲ ਕੌਰ ਜੀ ਨੇ। ਫਿਰ ਉਹ ਭੋਗ ਲਗਾਉਣ ਤੋਂ ਬਾਅਦ ਫਿਰ ਪਰਿਵਾਰ ਨੂੰ ਪ੍ਰਸ਼ਾਦਾ ਛਕਣ ਵਾਸਤੇ ਦਿਆ ਕਰਨਾ। ਕਿਹੜੀ ਮਾਂ ਅੱਜ ਜਿਹੜੀ ਰੋਜ਼ ਪ੍ਰਸ਼ਾਦੇ ਨੂੰ ਭੋਗ ਲਗਾਉਂਦੀ ਹੋ, ਸਤਿਗੁਰਾਂ ਨੂੰ ਵਿਰਲੀਆਂ ਮਾਵਾਂ ਹਾਂ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧੰਨ ਡਣੇ ਦੀ ਮਾਓ ਆਏ ਸਫਲ ਸੇ। ਐਸੀਆਂ ਮਾਵਾਂ ਦੇ ਘਰ ਵਿੱਚ ਐਸੇ ਮਹਾਂਪੁਰਖ ਆਉਂਦੇ ਹਨ। ਧਰਤੀ ਨੂੰ ਤਿਆਰ ਕਰਨ ਲੱਗਿਆਂ ਸਦੀਆਂ ਲੱਗ ਜਾਂਦੀਆਂ, ਚੰਗਾ ਬੀ ਪਾਉਣ ਵਾਸਤੇ ਸਾਧ ਸੰਗਤ ਜੀ ਚੰਗੀ ਕੁੱਖ ਵਿੱਚ ਚੰਗੀ ਆਤਮਾ ਦਾ ਆਉਣਾ, ਇਹ ਵੀ ਸਦੀਆਂ ਬਾਅਦ ਹੀ ਕਦੇ ਕਿਸੇ ਵਿਰਲੀ ਮਾਂ ਨੂੰ ਸੁਭਾਗ ਪ੍ਰਾਪਤ ਹੁੰਦਾ ਹੈ। ਸੋ ਅੱਜ ਮਹਾਂਪੁਰਖਾਂ ਦਾ ਜਨਮ ਦਿਹਾੜਾ ਹੈ, ਔਰ ਅੱਜ 2 ਜੂਨ ਦਾ ਵੀ ਦਿਨ ਹੈ। ਅੱਜ ਦੇ ਦਿਨ ਸਮੇਂ ਦੀ ਹਕੂਮਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਉੱਤੇ ਕਹਿਰਾਂ ਦਾ ਹਮਲਾ ਕਰ ਰਹੀ ਹੈ, ਔਰ ਉਸ ਸਮੇਂ ਦਾ ਕਿਉਂਕਿ ਸੰਖੇਪ ਵਿੱਚ ਬੇਨਤੀਆਂ ਕਰਾਂ, ਗੁਰ ਇਤਿਹਾਸ ਦੀ ਕਥਾ ਵੀ ਕਰਨੀ ਹੈ। ਸਮੇਂ ਦੀ ਹਕੂਮਤ, ਉਸ ਸਮੇਂ ਦੀ ਭਾਰਤੀ ਫੌਜ ਇਹ ਦਾਅਵਾ ਬੰਨ ਕੇ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਆਈ ਹੈ ਕਿ 24 ਘੰਟਿਆਂ ਦੇ ਵਿੱਚ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਫੌਜ ਅੱਗੇ ਆਤਮ ਸਮਰਪਣ ਕਰਨ ਵਾਸਤੇ ਮਜਬੂਰ ਕਰ ਦਿਆਂਗੇ, ਹੱਥ ਖੜ੍ਹੇ ਕਰਾ ਦਿਆਂਗੇ। ਔਰ ਸਾਧ ਸੰਗਤ ਜੀ ਫੌਜ ਨੇ ਜੁਗਲਬੰਦੀ ਕੀਤੀ ਹੈ, ਲੱਖਾਂ ਦਾ ਘੇਰਾ ਹੈ। ਅੱਜ 2 ਜੂਨ ਦਾ ਜਦੋਂ ਦਿਨ ਛਿਪਦਾ ਹੈ ਤਾਂ ਫੌਜ ਨੇ ਬੜੀ ਸੁਚੇਤਤਾ ਦੇ ਨਾਲ ਤਿਆਰੀ ਕੀਤੀ। 2600 ਉਹ ਜਵਾਨ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਭੇਜ ਦਿੱਤਾ ਕਿ ਜਿਹੜਾ ਇੱਕ ਇੱਕ ਜਵਾਨ ਹਜ਼ਾਰਾਂ ਨੂੰ ਮਾਰਨ ਦੀ ਜਿਨ੍ਹਾਂ ਕੋਲ ਟ੍ਰੇਨਿੰਗ ਔਰ ਸਮਰੱਥਾ ਸੀ। ਔਰ ਹਰਿਮੰਦਰ ਸਾਹਿਬ ਦੇ ਅੰਦਰ ਜਦੋਂ 4 ਚੁਪੇਰੇ 2600 ਜਵਾਨਾਂ ਨੂੰ ਵਿਛਾ ਦਿੱਤਾ ਗਿਆ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਮਹਾਂਪੁਰਖਾਂ ਦੇ ਨਾਲ ਦੇ ਜੁਝਾਰੂ ਸਿੰਘਾਂ ਦਾ ਜਦੋਂ ਮੁਕਾਬਲਾ ਹੋਇਆ, 10:30 ਵਜੇ ਦਿੱਲੀ ਤੱਕ ਵਾਇਰਲੈਸਾਂ ਖੜਕ ਗਈਆਂ ਸਨ ਕਿ ਸਾਡੀਆਂ ਚੀਕਾਂ ਨਿਕਲ ਗਈਆਂ, ਸਾਨੂੰ ਬਚਾਓ ਅੱਜ ਇੱਥੋਂ। ਜਿੰਨੀ 2600 ਦੀ ਟੁਕੜੀ ਅੰਦਰ ਗਈ ਹੈ ਕੋਈ ਵਾਪਸ ਜਿਉਂਦਾ ਨਹੀਂ ਆ ਸਕਿਆ। ਹਜ਼ਾਰ ਤੋਂ ਉੱਤੇ ਬੜੇ ਵੱਡੇ ਕਮਾਂਡੋ ਉਤਾਰੇ ਗਏ ਹਵਾਈ ਹੈਲੀਕਾਪਟਰ ਦੁਆਰਾ, ਔਰ ਇੱਕ ਵੀ ਮਿੰਟਾਂ ਵਿੱਚ ਜਿਉਂਦਾ ਨਹੀਂ ਵਾਪਸ ਜਾਣ ਦਿੱਤਾ ਗਿਆ। ਔਰ ਉਸ ਸਮੇਂ ਜਰਨਲ ਦਿਆਲ ਇਹ ਗੱਲ ਲਿਖਦਾ ਕਿ ਅਸੀਂ ਜੋ ਸੋਚ ਰਹੇ ਸਾਂ ਉਹ ਕਦੇ ਮਨ ਵਿੱਚ ਕਲਪਨਾ ਵੀ ਨਹੀਂ ਕੀਤੀ ਸੀ ਕਿ ਸਾਡੇ ਨਾਲ ਐਸਾ ਕੁਝ ਵਰਤੇਗਾ। ਸਾਡੀਆਂ ਅੱਖਾਂ ਅੱਗੇ ਹਨੇਰਾ ਆ ਚੁੱਕਾ ਸੀ, ਸਾਡੀ ਅਕਲ ਕੰਮ ਕਰਨੋਂ ਰੁਕ ਗਈ ਸੀ ਕਿ ਹੁਣ ਅਸੀਂ ਕੀ ਕਰੀਏ। ਸਾਡੇ ਪਸੀਨੇ ਛੁੱਟ ਚੁੱਕੇ ਸਨ, ਸਾਡੀਆਂ ਧਾਹਾਂ ਨਿਕਲ ਰਹੀਆਂ ਸਨ,
ਔਰ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੇ ਬਚਨ ਵੀ ਕੀਤੇ ਸਨ ਕਿ 72 ਘੰਟੇ ਫੌਜ ਨੂੰ ਹਰਿਮੰਦਰ ਸਾਹਿਬ ਦੇ ਅੰਦਰ ਅਸੀਂ ਵੜਨ ਨਹੀਂ ਦੇਵਾਂਗੇ, ਜ਼ਾਲਮ ਫੌਜ ਦੇ ਨਾਕਾਮ ਕਦਮ ਹਰਿਮੰਦਰ ਸਾਹਿਬ ਦੇ ਅੰਦਰ ਨਹੀਂ ਆਉਣ ਦੇਵਾਂਗੇ। ਸਾਧ ਸੰਗਤ ਜੀ, ਬਲਕਿ 72 ਨਹੀਂ, 1 ਜੂਨ ਤੋਂ ਲੈ ਕੇ 6 ਜੂਨ ਤੱਕ ਫੌਜ ਦੇ ਨਾਕਾਮ ਕਦਮ ਹਰਿਮੰਦਰ ਸਾਹਿਬ ਵੱਲ ਨੂੰ ਵਧਣ ਨਹੀਂ ਦਿੱਤੇ ਗਏ। ਔਰ ਰਣਜੀਤ ਦਿਆਲ ਲਿਖਦਾ ਕਿ ਜਨਰਲ ਸੁਬੇਗ ਸਿੰਘ ਨੂੰ ਅਸੀਂ ਮੰਨਦੇ ਸਾਂ ਕਿ ਉਹ ਬੜਾ ਦੀਰਘ ਲੰਮੀ ਸੋਚ ਵਾਲਾ ਇੱਕ ਪ੍ਰੌਢ ਜਨਰਲ ਹੈ, ਪਰ ਅਸੀਂ ਹੈਰਾਨ ਸਾਂ ਕਿ ਉਸ ਨੇ ਇਸ ਢੰਗ ਨਾਲ ਆਪਣੇ ਮਰ ਜੀਵੜਿਆਂ ਤੋਂ ਮੋਰਚਾ ਬੰਦੀ ਕਰਵਾਈ ਹੋਈ ਸੀ ਕਿ ਅਸੀਂ ਉਹਨੇ ਸੂਰਮੇ ਪਾਕਿਸਤਾਨ ਦੀ ਲੜਾਈ ਵਿੱਚ ਨਹੀਂ ਗਵਾਏ, ਜਿੰਨੇ 2 ਜੂਨ ਦੀ ਰਾਤ ਨੂੰ ਖਤਮ ਕਰਵਾ ਲਏ ਸਨ। ਔਰ ਸਾਡੀ ਲੱਖਾਂ ਦੀ ਫੌਜ ਉੱਥੇ ਹੱਥ ਖੜੇ ਕਰਕੇ ਧਾਹਾਂ ਮਾਰਨ ਲਈ ਮਜਬੂਰ ਹੋ ਚੁੱਕੀ ਸੀ, ਅਤੇ ਹਰਿਮੰਦਰ ਸਾਹਿਬ ਦੇ ਅੰਦਰੋਂ ਸਾਡੀਆਂ ਫੌਜ ਦੀਆਂ ਜਦੋਂ ਚੀਕਾਂ ਨਿਕਲ ਰਹੀਆਂ ਸਨ ਉੱਚੀ ਉੱਚੀ ਅਤੇ ਸਾਡੇ ਕੰਨਾਂ ਵਿੱਚ ਪੈਂਦੀਆਂ ਸਨ, ਅਸੀਂ ਹੈਰਾਨ ਹੋ ਰਹੇ ਸਾਂ ਕਿ ਕੱਲ੍ਹ ਨੂੰ ਕਿਵੇਂ ਇਹਨਾਂ ਦਾ ਮੁਕਾਬਲਾ ਕਰਾਂਗੇ। ਸੋ ਖਾਲਸਾ ਜੀ, ਅੱਜ ਉਹ 2 ਜੂਨ ਦਾ ਦਿਨ ਹੈ ਜਦੋਂ ਕੌਮ ਦੇ ਉਹਨਾਂ ਨਾਲ ਆਸਾਨੀ ਯੋਧਿਆਂ ਨੇ ਲੱਖਾਂ ਨਾਲ ਜੂਝਿਆ। ਇਹ ਘੱਲੂਘਾਰੇ ਦੀ ਦਾਸਤਾਨ ਸੰਖੇਪ ਰੂਪ ਦੇ ਵਿੱਚ ਆਪਾਂ ਸਾਰਿਆਂ ਨੇ ਨਾਲ ਨਾਲ ਵਿਚਾਰਦਿਆਂ ਤੁਰਨਾ ਹੈ। ਮਨ ਬਿਰਤੀ ਨੂੰ ਇਕਾਗਰ ਕਰੋ, ਸਮਾਂ ਨਹੀਂ ਅੱਗੇ ਜਾਣ ਦੀ ਆਗਿਆ ਦਿੰਦਾ। ਧੰਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਗੁਰਸਿੱਖਾਂ ਦੇ ਪ੍ਰਸੰਗਾਂ ਦੀ ਬੜੀ ਰਸਦਾਇਕ ਕਥਾ ਚੱਲ ਰਹੀ ਹੈ। ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਕਥਾ ਸੁਣੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਰੂਪ ਚੰਦ ਭੀਵਾ ਜੁਗਲ ਸਰਹੰਦ ਸ਼ਹਿਰ ਦੇ, ਉਦੋਂ ਸਰਹੰਦ ਸ਼ਹਿਰ ਸੀ, ਅੱਜ ਫਤਿਹਗੜ੍ਹ ਸਾਹਿਬ ਹੈ, ਜਿੱਥੇ ਮੇਰੇ ਕਲਗੀਆਂ ਵਾਲੇ ਸਤਿਗੁਰੂ ਦੇ 2 ਛੋਟੇ ਲਾਲ ਮਹਾਂਪੁਰਖ ਬ੍ਰਹਮ ਗਿਆਨੀ ਅਮਰ ਸ਼ਹੀਦ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਪੂਜਨੀਕ ਮਾਤਾ ਅਮਰ ਸ਼ਹੀਦ ਮਾਤਾ ਗੁਜਰ ਕੌਰ ਸਾਹਿਬ ਜੀ, ਜਿੱਥੇ ਉਹਨਾਂ ਮਹਾਂਪੁਰਖਾਂ ਨੂੰ ਉਹ ਸਮੇਂ ਦੇ ਜਰਬਾਣਿਆਂ ਨੇ ਨੀਹਾਂ ਦੇ ਵਿੱਚ ਖਲਿਆਰ ਕੇ ਸ਼ਹੀਦ ਕੀਤਾ ਸੀ। ਉਸ ਧਰਤੀ ਦੇ ਸਿੱਖਾਂ ਨੂੰ ਸਰਹੰਦ ਦੇ ਰਹਿਣ ਵਾਲੇ ਭਾਈ ਰੂਪ ਚੰਦ ਹੈ ਪਹਿਲੇ ਸਿੱਖ ਦਾ ਨਾਮ, ਔਰ ਦੂਸਰਾ ਸਿੱਖ ਹੈ ਭਾਈ ਭੀਵਾ। ਬਸ ਹੈ ਸਰਹੰਦ ਮਜਾਰ, ਸਰਹੰਦ ਪੁਰੀ ਵਿੱਚ ਵਸਣ ਵਾਲੇ ਉੱਥੋਂ ਦੇ ਰਹਿਣ ਵਾਲੇ ਸਿੱਖ ਹਨ। ਇਹ ਪ੍ਰਸੰਗ ਗੁਰੂ ਦੇ ਭਰੋਸੇ ਦਾ ਹਰ ਬੱਚੇ ਨੂੰ ਯਾਦ ਰੱਖਣ ਦੀ ਲੋੜ ਹੈ, ਹਰ ਮਾਈ ਭਾਈ ਨੂੰ। ਅੱਜ ਦੀ ਜਿਹੜੀ ਕਥਾ ਨਾ, ਜੇ ਪਹਿਲਾ ਪ੍ਰਸੰਗ ਤੁਸੀਂ ਜੀਵਨ ਵਿੱਚ ਯਾਦ ਕਰ ਲਿਆ ਤਾਂ ਸਮਝ ਲਓ ਤੁਹਾਡਾ ਕਦੇ ਗੁਰੂ ਤੋਂ ਭਰੋਸਾ ਨਹੀਂ ਟੁੱਟੇਗਾ। ਸੁਣਿਓ ਧਿਆਨ ਨਾਲ, ਪਹਿਲੇ ਸਿੱਖ ਦਾ ਨਾਮ ਹੈ ਰੂਪ ਚੰਦ, ਦੂਸਰੇ ਦਾ ਨਾਮ ਹੈ ਭਾਈ ਭੀਵਾ।
ਇਹ ਸਰਹੰਦ ਦੇ ਰਹਿਣ ਵਾਲੇ ਪਿਆਰੇ ਸਿੱਖ ਹਨ। ਕਿਰਤ ਕਰੇ ਸਿੱਖ ਨ ਮਿਲਹਿ, ਆਪਣੀ ਦਸਾ ਨਾ ਹੁੰਦੀ ਧਰਮ ਦੀ ਕਿਰਤ ਕਰਦੇ ਹੈ, ਔਰ ਜਿਹੜਾ ਵੀ ਸਿੱਖ ਮਿਲਦਾ ਉਸ ਨੂੰ ਖਿੜੇ ਮੱਥੇ ਮਿਲ ਕੇ ਉਸ ਦਾ ਸਤਿਕਾਰ ਕਰਦੇ ਹੈ। ਵੰਡ ਤੇ ਅਚ ਹੈ ਆਹਾਰ, ਵੰਡ ਕੇ ਛਕਦੇ ਹੈ, ਵੰਡ ਖਾਣਾ ਬੰਦਗੀ, ਦਿਖਾ ਖਾਣਾ ਸ਼ਰਮਿੰਦਗੀ, ਲਕੋ ਖਾਣਾ ਗੰਦਗੀ, ਵੰਡ ਕੇ ਖਾਣਾ ਬੰਦਗੀ ਹੈ। ਸਿੱਖ ਹਮੇਸ਼ਾ ਬੰਦਗੀ ਕਰਦਾ, ਵੰਡ ਕੇ ਛਕਦਾ। ਮੇਰੇ ਗਰੀਬਨ ਵਾਰ ਸਤਿਗੁਰੂ ਧੰਨ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਆਪਾਂ 550 ਸਾਲਾਂ ਮਨਾਉਣ ਜਾ ਰਹੇ ਹਾਂ ਨਵੰਬਰ ਵਿੱਚ। ਉਹਨਾਂ ਦੇ ਬਚਨ ਹਨ ਸਾਡੇ ਲਈ, ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ। ਇਉਂ ਇਹ ਸਿੱਖ ਵੰਡ ਕੇ ਛਕਦੇ ਆ, ਗੁਰਸਿੱਖਾਂ ਨੂੰ ਛਕਾਉਂਦੇ ਆ, ਫਿਰ ਆਪ ਛਕਦੇ ਹਨ। ਚੌਪਈ ਪੁਰਬ ਦਿਵਸ ਮਹਿ ਅਸਨ ਬਣਾਵੇ, ਜਦੋਂ ਪੁਰਬ ਦਾ ਦਿਨ, ਸੰਗਰਾਂਦ ਦਾ ਦਿਹਾੜਾ ਆਉਂਦਾ, ਮੱਸਿਆ ਦਾ ਆਉਂਦਾ, ਪੁੰਨਿਆ ਪੂਰਨਮਾਸ਼ੀ ਦਾ ਦਿਨ ਆਉਂਦਾ ਜਾਂ ਗੁਰਪੁਰਬ ਆਉਂਦਾ ਹੈ, ਤਾਂ ਆਪਣੇ ਘਰ ਵਿੱਚ ਪ੍ਰਸ਼ਾਦਾ ਬੜੇ ਪ੍ਰੇਮ ਨਾਲ ਤਿਆਰ ਕਰਦੇ ਆ ਲੰਗਰ। ਸਿੱਖਨ ਕੋ ਧਰ ਭਾਉ ਅਚਾਵ, ਸਿੱਖਾਂ ਨੂੰ ਘਰ ਵਿੱਚ ਬੁਲਾ ਕੇ ਉਹਨਾਂ ਨੂੰ ਪ੍ਰੇਮ ਨਾਲ ਪ੍ਰਸ਼ਾਦਾ ਛਕਾਉਂਦੇ ਆ। ਖਾਲਸਾ ਜੀ, ਅੱਜ ਇਹ ਬੜੀਆਂ ਸੁਨਹਿਰੀ ਰਵਾਇਤਾਂ ਸਨ ਜਿਹੜੀਆਂ ਸਾਡੇ ਵਿੱਚੋਂ ਅੱਜ ਖਿਸਕ ਗਈਆਂ। ਸਿੱਖਾਂ ਦੇ ਘਰਾਂ ਵਿੱਚ ਗੁਰੂ ਸਾਹਿਬਾਨਾਂ ਦੇ ਗੁਰਪੁਰਬਾਂ 'ਤੇ, ਸ਼ਹੀਦਾਂ ਦੇ ਦਿਹਾੜਿਆਂ 'ਤੇ ਪੰਜ ਗੁਰੂ ਕੇ ਸਿੱਖਾਂ ਨੂੰ ਬੁਲਾ ਕੇ ਪ੍ਰਸ਼ਾਦਾ ਛਕਾਇਆ ਜਾਂਦਾ ਸੀ। ਦਸਵੀਂ ਦਾ ਦਿਨ ਅੱਜ ਵੀ ਕਈ ਇਲਾਕਿਆਂ ਵਿੱਚ ਇਸ ਨਿਮਿੱਤ ਮਨਾਇਆ ਜਾਂਦਾ। ਕਹਿੰਦੇ ਦਸਵੀਂ ਨੂੰ ਸ਼ਹੀਦਾਂ ਦੀ ਯਾਦ ਵਿੱਚ ਲੰਗਰ ਛਕਾਇਆ ਜਾਂਦਾ, ਭਾਵ ਉਹ ਸ਼ਹੀਦਾਂ ਦਾ ਦਿਹਾੜਾ ਰੱਖਿਆ ਹੋਇਆ ਸੰਗਤਾਂ ਨੇ। ਰਹਿਤਨਾਮਿਆਂ ਵਿੱਚ ਵੀ ਬਚਨ ਹੈ, ਦਸਵੀਂ ਆਦਿ ਦਿਵਸ ਹੈ ਦਿੱਤੇ ਪੁਰਬ ਸਮਾਨ ਕਹੇ ਹੈ ਤੇਤੇ। ਦਸਵੀਂ ਨੂੰ ਬਹੁਤ ਇਲਾਕਿਆਂ ਵਿੱਚ ਸ਼ਹੀਦਾਂ ਦੇ ਨਿਮਿੱਤ ਸੰਗਤਾਂ ਕੜਾਹ ਪ੍ਰਸ਼ਾਦੀ ਦੇ ਕਰਾਉਂਦੀਆਂ ਅਤੇ ਗੁਰਸਿੱਖਾਂ ਨੂੰ ਲੰਗਰ ਛਕਾਉਂਦੇ ਹੈ। ਪਰ ਸਾਧ ਸੰਗਤ ਜੀ, ਅੱਜ ਦੇ ਪ੍ਰਚਾਰ ਨੇ ਸਾਡੀ ਸ਼ਰਧਾ ਨੂੰ ਬੜਾ ਵੱਡਾ ਕੋਰਾ ਲਾ ਦਿੱਤਾ। ਇਹ ਪ੍ਰਸ਼ਾਦਾ ਕਿਉਂ ਛਕਾਇਆ ਜਾਂਦਾ ਸੀ ਗੁਰਸਿੱਖਾਂ ਨੂੰ ਘਰਾਂ ਵਿੱਚ ਬੁਲਾ ਕੇ? ਆਪਾਂ ਸਾਰੇ ਸਾਧ ਸੰਗਤ ਜੀ ਦੁਖੀ ਜੀਵ ਹੈ। ਕਲਯੁੱਗ ਵਿੱਚ ਵੀ ਜਿਸ ਮਨੁੱਖ ਨੇ ਜਨਮ ਲਿਆ, ਕੋਈ ਬੰਦਾ ਐਸਾ ਹੈ ਜਿਹੜਾ ਦੁੱਖ ਤੋਂ ਬਚਿਆ ਹੋਵੇ? ਹਰ ਪ੍ਰਾਣੀ ਮਾਤਰ ਦੁਖੀ ਹੈ, ਸੁਖੀ ਕੋਈ ਵਿਰਲਾ ਨਾਮ ਜਪਣ ਵਾਲਾ ਜਾਂ ਸਤਿਗੁਰੂ ਨਾਲ ਜੁੜਿਆ। ਬੜੇ ਸੁੰਦਰ ਬਚਨ ਹਨ, ਇਹ ਸੰਸਾਰ ਦੇ ਵਿੱਚ ਕਿ ਜਿਹੜਾ ਵੀ ਮਨੁੱਖ ਤੁਹਾਨੂੰ ਦਿਖਾਈ ਦਿੰਦਾ, ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਕੋਈ ਰੋਗਾਂ ਦੇ ਨਾਲ ਦੁਖੀ ਹੈ, ਔਰ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਸੁਖੀ ਹਰੀ ਕੇ ਦਾਸ। ਕੋਈ ਮਨ ਕਰਕੇ ਦੁਖੀ ਹੈ ਵਿਚਾਰਾ, ਉਹਦੇ ਮਨ ਵਿੱਚ ਪਤਾ ਨਹੀਂ ਕਿਹੜੀਆਂ ਗੰਢਾਂ ਹਨ ਜਿਨ੍ਹਾਂ ਕਰਕੇ ਉਹ ਬੜਾ ਪਰੇਸ਼ਾਨ ਹੈ। ਕੋਈ ਤਨ ਕਰਕੇ ਦੁਖੀ ਹੈ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਕੋਈ ਚਿੰਤਾ ਵਿੱਚ ਉਦਾਸ ਲੱਗਾ ਹੋਇਆ ਰਹਿੰਦਾ ਹੈ।
ਥੋੜ੍ਹੇ ਥੋੜ੍ਹੇ ਸਭ ਦੁਖੀ, ਥੋੜ੍ਹਾ ਥੋੜ੍ਹਾ ਹਰ ਕੋਈ ਦੁਖੀ ਹੈ, ਸੁਖੀ ਹਰੀ ਕੇ ਦਾਸ। ਲੋਕ ਪੁਰਾਣੇ ਸਮਿਆਂ ਵਿੱਚ ਦੁਖੀ ਹੁੰਦੇ ਸਨ, ਬ੍ਰਾਹਮਣਾਂ ਨੂੰ ਘਰ ਵਿੱਚ ਬੁਲਾਉਣਾ, ਉਹਨਾਂ ਨੂੰ ਬੇਨਤੀ ਕਰਨੀ, ਹੇ ਪੁਰੋਹਿਤ ਜੀ ਸਾਡੇ ਘਰ ਵਿੱਚ ਭੋਜਨ ਛਕੋ, ਤੁਸੀਂ ਭੋਜਨ ਛਕੋਗੇ ਅਸੀਂ ਵਸਤਰ ਦਿਆਂਗੇ, ਧਨ ਦਿਆਂਗੇ। ਦਾਨ ਦੇਣ ਨਾਲ ਵੱਡੇ ਵੱਡੇ ਦੁੱਖ ਕੱਟੇ ਜਾਂਦੇ, ਇਸ ਕਰਕੇ ਸਾਡੇ ਲਈ ਪ੍ਰਾਰਥਨਾ ਕਰੋ, ਅਰਦਾਸ ਕਰੋ ਕਿ ਸਾਡੇ ਪਰਿਵਾਰ ਵਿੱਚੋਂ ਦੁੱਖਾਂ ਦਾ ਨਾਸ ਹੋ ਜਾਏ, ਸਾਡੇ ਘਰ ਵਿੱਚ ਸੁੱਖ ਵਰਤੇ। ਇਸ ਲਈ ਲੋਕ ਬ੍ਰਾਹਮਣਾਂ ਨੂੰ ਬਿਠਾਇਆ ਕਰਦੇ ਸਨ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਮਾਰਿਆ ਸਿੱਖਾ, ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸਿੱਖਾਂ ਨੇ ਅਰਜ ਕਰਨੀ, ਮਹਾਰਾਜ ਸਿੱਖ ਕਿਹਨੂੰ ਬੁਲਾਉਣ ਘਰ ਵਿੱਚ? ਤਾਂ ਗੁਰੂ ਸਾਹਿਬ ਨੇ ਆਗਿਆ ਕੀਤੀ, ਮੇਰਾ ਸਿੱਖ ਇੱਕ ਸਿੱਖ ਨੂੰ, ਦੋ ਸਿੱਖਾਂ ਨੂੰ, ਚਾਰਾਂ ਨੂੰ, ਪੰਜਾਂ ਨੂੰ, ਵੱਧ ਜਿੰਨੀ ਵੀ ਸਮਰੱਥਾ ਸਿੱਖਾਂ ਨੂੰ ਬੁਲਾ ਕੇ ਘਰ ਵਿੱਚ ਕੜਾਹ ਪ੍ਰਸ਼ਾਦ ਕਰਾ ਕੇ ਅਰਦਾਸ ਕਰਾਵੇ, ਲੰਗਰ ਛਕਾ ਕੇ ਅਰਦਾਸ ਕਰਾਵੇ। ਯਥਾ ਸ਼ਕਤ, ਯਥਾ ਸ਼ਕਤ ਦਾ ਮਤਲਬ ਹੈ ਜਿੰਨੀ ਸਮਰੱਥਾ ਉਸ ਅਨੁਸਾਰ ਸੇਵਾ ਕਰੇ, ਕੋਈ ਵਸਤਰਾਂ ਦੀ, ਕੋਈ ਧਨ ਦੀ, ਕੋਈ ਹੋਰ ਪਦਾਰਥਾਂ ਦੀ, ਫਿਰ ਉਹਨਾਂ ਗੁਰਸਿੱਖਾਂ ਤੋਂ ਅਰਦਾਸ ਕਰਾਵੇ ਅਤੇ ਮੇਰੇ ਸਿੱਖ ਦੇ ਦੁੱਖ ਕੱਟੇ ਜਾਇਆ ਕਰਨਗੇ। ਇਹ ਸਾਡੇ ਦੁੱਖ ਦੂਰ ਕਰਨ ਵਾਸਤੇ ਰਵਾਇਤਾਂ ਕਾਇਮ ਕੀਤੀਆਂ ਸਨ ਸਾਡੇ ਸਤਿਗੁਰਾਂ ਨੇ। ਧੰਨ ਗੁਰੂ ਅਰਜਨ ਦੇਵ ਜੀ ਆਮ ਇਹ ਬਚਨ ਕਿਹਾ ਕਰਦੇ, ਪੰਜ ਗੁਰੂ ਕੇ ਸਿੱਖਾਂ ਨੂੰ ਬੁਲਾਓ, ਭੋਜਨ ਛਕਾਓ। ਇਹ ਸਾਡੀਆਂ ਪਰੰਪਰਾਵਾਂ ਸਨ ਪਰ ਅੱਜ ਖਿਸਕਦੀਆਂ ਜਾ ਰਹੀਆਂ। ਇੱਕ ਤਾਂ ਨਵੇਂ ਐਸੇ ਪ੍ਰਚਾਰਕ ਪੈਦਾ ਹੋ ਗਏ ਹੈ, ਹਰ ਗੱਲ ਨੂੰ ਬ੍ਰਾਹਮਣਵਾਦ ਦਾ ਨਾਮ ਦੇ ਕੇ ਬੜਾ ਭੰਡਦੇ ਹੈ, ਔਰ ਉਹਨਾਂ ਗੱਲਾਂ ਦਾ ਸ਼ਿਕਾਰ ਹੋ ਕੇ ਅਸੀਂ ਗੁਰੂ ਕੀਆਂ ਰਵਾਇਤਾਂ ਤੋਂ ਬੜੇ ਦੂਰ ਚਲੇ ਗਏ। ਸਾਧ ਸੰਗਤ ਜੀ, ਉਹ ਲੋਕ ਬ੍ਰਾਹਮਣਵਾਦ ਦੇ ਸ਼ਿਕਾਰ ਹੈ ਜਿਹੜੇ ਤੁਹਾਨੂੰ ਗੁਰੂ ਕੀਆਂ ਪਰੰਪਰਾਵਾਂ ਤੋਂ ਦੂਰ ਕਰ ਰਹੇ ਹੈ। ਤੁਸੀਂ ਗੁਰੂ ਕੀਆਂ ਪਰੰਪਰਾਵਾਂ ਅਤੇ ਗੁਰੂ ਕੀਆਂ ਰਵਾਇਤਾਂ 'ਤੇ ਪਹਿਰਾ ਦੇਣ ਵਾਲੇ, ਤੁਸੀਂ ਤਾਂ ਗੁਰੂ ਕੇ ਸੱਚੇ ਸਿਦਕੀ ਸਿੱਖ ਹੋ। ਇਸ ਕਰਕੇ ਤਾਂ ਮੈਂ ਬੇਨਤੀਆਂ ਕਰਦਾ, ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ, ਸਿੱਖਾਂ ਨੇ ਕਿਹਾ ਆਨੰਦਪੁਰ ਸਾਹਿਬ, ਗਰੀਬ ਨਿਵਾਜ ਤੁਹਾਡੀ ਸਿੱਖ ਉੱਤੇ ਬਹੁਤੀ ਖੁਸ਼ੀ ਹੋਵੇ ਤਾਂ ਉਸ ਦੀ ਨਿਸ਼ਾਨੀ ਕੀ ਹੈ? ਮਹਾਰਾਜ ਕਹਿੰਦੇ, ਜਿਸ ਸਿੱਖ ਦੇ ਘਰ ਵਿੱਚ ਅਚਾਨਕ ਬਿਨਾਂ ਦੱਸਿਆਂ ਤੋਂ ਅੰਮ੍ਰਿਤਧਾਰੀ ਤਿਆਰ ਬਰ ਤਿਆਰ ਸਿੱਖ ਜਾ ਕੇ ਚਰਨ ਪਾ ਦੇਵੇ, ਉਸ ਉੱਤੇ ਸਾਡੀ ਸਭ ਤੋਂ ਵੱਡੀ ਖੁਸ਼ੀ ਹੁੰਦੀ ਹੈ। ਕਹਿੰਦੇ ਮਹਾਰਾਜ ਉਹ ਤੋਂ ਵੱਡੀ, ਕਹਿੰਦੇ ਦੋ ਸਿੱਖ, ਉਸ ਤੋਂ ਵੱਡੀ ਤਿੰਨ ਸਿੱਖ। ਕਹਿੰਦੇ ਸਭ ਤੋਂ ਵੱਡੀ ਖੁਸ਼ੀ, ਕਹਿੰਦੇ ਜਿਸ ਸਿੱਖ ਦੇ ਘਰ ਵਿੱਚ ਪੰਜ ਗੁਰੂ ਕੇ ਸਿੱਖ ਚਰਨ ਪਾ ਦੇਣ, ਉੱਥੇ ਅਸੀਂ ਆਪ ਚਰਨ ਪਾਉਂਦੇ ਹਾਂ। ਇਸ ਕਰਕੇ ਖਾਲਸਾ ਜੀ, ਇਹ ਸਾਡੀਆਂ ਰਵਾਇਤਾਂ ਸਨ, ਇਹ ਸਾਨੂੰ ਦੁਬਾਰਾ ਇਹਨਾਂ ਲੀਹਾਂ 'ਤੇ ਚੱਲਣਾ ਪਵੇਗਾ ਜੇ ਅਸੀਂ ਘਰਾਂ ਵਿੱਚ ਸੁੱਖ ਸ਼ਾਂਤੀ ਲਿਆਉਣੀ ਚਾਹੁੰਦੇ ਹਾਂ। ਇਸ ਕਰਕੇ ਸੰਤਾਂ ਦੇ ਪਿਤਾ ਜੀ, ਸੰਤਾਂ ਦੇ ਦਾਦਾ ਜੀ ਜਥੇ ਨੂੰ ਮਹੀਨਾ ਮਹੀਨਾ ਆਪਣੇ ਨਗਰ ਵਿੱਚ ਲੈ ਕੇ ਆਉਂਦੇ, ਔਰ ਸਾਰਾ ਨਗਰ ਜਥੇ ਦਾ ਦੋ ਟਾਈਮ ਪ੍ਰਸ਼ਾਦਾ ਰੱਖਦਾ, ਸੇਵਾ ਕਰਦਾ,
ਗੁਰਸਿੱਖਾਂ ਨੂੰ ਘਰਾਂ ਵਿੱਚ ਬੁਲਾ ਕੇ ਪ੍ਰਸ਼ਾਦਾ ਛਕਾਉਣਾ। ਮਹਾਂਪੁਰਖਾਂ ਦੀ ਮਾਤਾ ਨੇ ਸੰਗਰਾਂਦ ਵਾਲੇ ਦਿਨ ਜਾਂ ਕਿਸੇ ਖਾਸ ਗੁਰਪੁਰਬ ਦੇ ਦਿਨ ਗੁਰਸਿੱਖਾਂ ਨੂੰ ਸੰਗਤ ਨੂੰ ਬੁਲਾ ਕੇ ਘਰ ਵਿੱਚ ਪ੍ਰਸ਼ਾਦਾ ਛਕਾਉਣਾ, ਇਹ ਨਿਯਮ ਸਨ ਸਾਡੇ ਗੁਰਸਿੱਖਾਂ ਦੇ। ਸੋ ਉਹ ਨਿਯਮਾਂ ਮੁਤਾਬਕ ਇਹ ਸਿੱਖ ਵੀ ਪ੍ਰਸ਼ਾਦਾ ਬਣਾਉਂਦੇ ਹੈ ਔਰ ਸਿੱਖਾਂ ਨੂੰ ਬਹੁਤ ਪ੍ਰੇਮ ਦੇ ਨਾਲ ਛਕਾਉਂਦੇ ਹਨ। ਇੱਕ ਮੁਗਲ ਤਿੰਨ ਕੇ ਟਿਕ ਆਏ। ਇੱਕ ਦਿਨ ਇਹਨਾਂ ਦੇ ਪਾਸ ਇੱਕ ਮੁਗਲ ਆਇਆ, ਬੜਾ ਵੱਡਾ ਸ਼ਾਹੂਕਾਰ। ਸੌਂਪੀ ਦੀਨਾਰ ਜੋ ਸਮੁਦਾਏ। ਉਹਦੇ ਕੋਲੇ 500 ਸੋਨੇ ਦੀਆਂ ਮੋਹਰਾਂ ਸਨ। ਦੀਨਾਰ ਅੱਜ ਵੀ ਸਾਧ ਸੰਗਤ ਦੀ ਇਰਾਨ ਦੀ ਧਰਤੀ ਤੇ ਕੁਵੈਤ ਵਿੱਚ ਚੱਲਦੇ ਆ, ਬੜੀ ਮਹਿੰਗੀ ਕਰੰਸੀ ਮੰਨੀ ਜਾਂਦੀ ਹੈ। ਦੀਨਾਰ ਕਹਿੰਦੇ ਸਨ 1.25 ਤੋਲੇ ਸੋਨੇ ਦੀ ਪੱਕੀ ਮੋਹਰ ਹੋਵੇ, ਪੱਕਾ ਸੋਨਾ ਪੂਰਾ ਖਰਾ, ਉਸ ਨੂੰ ਦੀਨਾਰ ਕਿਹਾ ਜਾਂਦਾ ਸੀ। ਇਹ 500 ਸੋਨੇ ਦੀਆਂ ਮੋਹਰਾਂ ਸਨ ਉਸ ਮੁਗਲ ਦੇ ਪਾਸ। ਧਰ ਦਿੱਲੀ ਕੋ ਗਮਨਿਓ ਸੋਏ। ਉਹ ਭਾਈ ਰੂਪ ਚੰਦ ਤੇ ਭੀਵੇ ਦੇ ਘਰ ਵਿੱਚ ਆਇਆ, ਉਹਨਾਂ ਦੀ ਦੁਕਾਨ ਤੇ ਕਹਿਣ ਲੱਗਾ, ਇਹ ਅਮਾਨਤਾਂ ਰੱਖਿਆ ਕਰਦੇ ਸਨ ਪੁਰਾਣੇ ਸਮਿਆਂ ਵਿੱਚ, ਅਮਾਨਤੀ ਹੋਇਆ ਕਰਦੇ ਸਨ, ਬੈਂਕ ਲੋਕਰ ਲੋਕ ਅਮਾਨਤੀਆਂ ਦੇ ਘਰਾਂ ਵਿੱਚ ਹੀ ਰੱਖਦੇ ਸਨ। ਅੱਜ ਕੱਲ੍ਹ ਬੈਂਕਾਂ ਵਿੱਚ ਲੋਕਰ ਬਣ ਗਏ ਹੈ, ਲਾਕਰਾਂ ਵਿੱਚ ਲੋਕ ਸਮਾਨ ਆਪਣਾ ਕੀਮਤੀ ਰੱਖਦੇ, ਉਦੋਂ ਅਮਾਨਤੀਆਂ ਕੋਲੇ ਰੱਖਿਆ ਕਰਦੇ ਸਨ। ਸੋ ਇਹਨਾਂ ਨੇ 500 ਸੋਨੇ ਦੀ ਮੋਹਰ ਉਸ ਮੁਗਲ ਨੇ ਇਹਨਾਂ ਦੇ ਘਰ ਵਿੱਚ ਰੱਖ ਦਿੱਤੀ, ਛੱਡ ਦਿੱਤੀ ਕਿ ਮੈਂ ਦੂਰ ਦਿੱਲੀ ਨੂੰ ਚੱਲਿਆ, ਮਗਰੋਂ ਮੇਰੇ ਘਰ ਵਿੱਚ ਕਿਤੇ ਚੋਰੀ ਨਾ ਹੋ ਜਾਏ, ਬੜਾ ਕੀਮਤੀ ਧਨ ਹੈ, ਤੁਸੀਂ ਆਪਣੇ ਪਾਸ ਮੇਰੀ ਅਮਾਨਤ ਰੱਖ ਲਓ। ਇਹ ਇਹਨਾਂ ਦੇ ਪਾਸ ਰੱਖ ਕੇ ਚਲੇ ਗਏ। ਇਹ ਅਮਾਨਤੀ ਦਾ ਕਾਰੋਬਾਰ ਕਰਿਆ ਕਰਦੇ ਸਨ। ਲਿਖਿਓ ਵਹੀ ਪਰ ਨਹਿ ਇਨ ਦੋਏ। ਅਮਾਨਤਾਂ ਲੋਕ ਵਹੀਆਂ ਤੇ ਲਿਖ ਕੇ ਰੱਖਿਆ ਕਰਦੇ ਸਨ, ਭੁੱਲ ਨਾ ਜਾਈਏ, ਪਰ ਉਹ ਇਮਾਨਦਾਰੀ ਨਾਲ ਰੱਖ ਗਿਆ ਕਿ ਬੜੇ ਇਮਾਨਦਾਰ ਸਿੱਖ ਹੈ, ਇਹਨਾਂ ਨੂੰ ਲਿਖਾਉਣ ਦੀ ਲੋੜ ਨਹੀਂ। ਉਹ ਲਿਖਾਉਣਾ ਭੁੱਲ ਗਿਆ, ਇਹ ਲਿਖਣਾ ਭੁੱਲ ਗਏ ਦੋਨੋਂ ਹੀ। ਉਸੇ ਤਰ੍ਹਾਂ ਉਹ ਆਪਣੀ ਅਮਾਨਤ 500 ਸੋਨੇ ਦੇ ਮੋਹਰਾਂ ਦੀ, ਜੋ ਸਾਧ ਸੰਗਤ ਦੀ ਅਮਾਨਤ ਸੀ ਘਰ ਦੇ ਵਿੱਚ ਸੋਨੇ ਦੀ ਥੈਲੀ, ਉਹ ਰੱਖ ਕੇ ਚਲਿਆ ਗਿਆ ਦਿੱਲੀ ਨੂੰ। ਬਿਸਰ ਗਏ ਨਹਿਰ ਦਾ ਸੰਭਾਰੀ। ਇਹਨਾਂ ਨੂੰ ਵੀ ਭੁੱਲ ਗਿਆ, ਚੇਤੇ ਨਾ ਰਿਹਾ। ਧਰੀ ਰਹੀ ਜਹ ਧਰ ਇੱਕ ਵਾਰੀ। ਜਿੱਥੇ ਲੈ ਕੇ ਰੱਖ ਦਿੱਤੀ ਉੱਥੇ ਹੀ ਪਈ ਰਹੀ ਸੋਨੇ ਦੀਆਂ ਮੋਹਰਾਂ ਦੀ ਥੈਲੀ। ਪੰਜ ਮਾਸ ਮੈਂ ਹੱਟ ਸੋ ਆਇਓ। ਤੁਰ ਕੇ ਲੋਕ ਜਾਂਦੇ ਤੁਰ ਕੇ ਆਉਂਦੇ, ਉਹ ਮੁਗਲ ਸ਼ਾਹੂਕਾਰ 5 ਮਹੀਨਿਆਂ ਬਾਅਦ ਦਿੱਲੀ ਤੋਂ ਵਾਪਸ ਮੁੜ ਕੇ ਆਇਆ। ਦੋਨੋਂ ਕੋ ਨਿਜ ਬਦਨ ਦਿਖਾਇਓ। ਦੋਨਾਂ ਦੀ ਦੁਕਾਨ ਤੇ ਆਇਆ, ਆਪਣਾ ਚਿਹਰਾ ਵਿਖਾਇਆ ਉਹਨਾਂ ਨੂੰ ਆ ਕੇ। ਹਿੱਦ ਜਾਚਨ ਧਨ ਬਾਕ ਸੁਣਾਵਾ। ਬੇਨਤੀ ਕੀਤੀ, ਜੀ ਮੈਂ 500 ਸੋਨੇ ਦੇ ਮੋਹਰਾਂ ਦੀ ਥੈਲੀ ਰੱਖ ਕੇ ਗਿਆ ਸੀ, ਉਹ ਮੇਰੀ ਅਮਾਨਤ ਮੈਨੂੰ ਦੇ ਦਿਓ, ਮੈਂ ਲੈਣ ਵਾਸਤੇ ਆਇਆ ਹਾਂ। ਮੈਂ ਤੁਮਰੇ ਟਿਕ ਧਰ ਗਮਨਾਵਾ। ਮੈਂ ਜਦੋਂ ਗਿਆ ਸਾਂ ਤੁਹਾਡੇ ਅੱਗੇ ਆਪਣੀ ਅਮਾਨਤ ਰੱਖ ਕੇ ਚਲਿਆ ਗਿਆ ਸੀ। ਵਹੀ ਖੋਲ ਦੇਖਤ ਨਿਜ ਲਿਖਿਓ। ਸਾਧ ਸੰਗਤ ਜੀ ਭਾਈ ਰੂਪ ਚੰਦ ਤੇ ਭੀਵਾ ਬਾਈ ਖੋਲ ਕੇ ਵੇਖਣ ਲੱਗ ਪਏ ਕਿ ਬਈ ਖਾਤੇ ਦੇ ਵਿੱਚ ਲਿਖਿਆ ਹੋਵੇਗਾ। ਨਹੀਂ ਨਾਬ ਮੁਗਲ ਹੈ ਕੋ ਪਿਖਿਓ। ਪਰ ਬਈ ਵਿੱਚ ਨਾ ਤਾਂ ਰਖਾਉਣ ਵਾਲੇ ਨੇ ਲਿਖਾਇਆ ਉਸ ਸਮੇਂ, ਨਾ ਇਹਨਾਂ ਨੇ ਲਿਖਿਆ, ਚੇਤਾ ਹੀ ਭੁੱਲ ਗਿਆ, ਧਿਆਨ ਹੀ ਨਾ ਰਿਹਾ ਕਿ ਬਾਅਦ ਵਿੱਚ ਲਿਖ ਲਾਂਗੇ।
ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ, ਭੁੱਲ ਕੋਈ ਵੀ ਸਕਦਾ, ਪਰਮੇਸ਼ੁਰ ਨਹੀਂ ਭੁੱਲਦਾ, ਆਪਾਂ ਭੁੱਲ ਜਾਂਦੇ ਹਾਂ। ਇਸ ਕਰਕੇ ਸਾਧ ਸੰਗਤ ਜੀ, ਉਹ ਜਦੋਂ ਵਹੀ ਖੋਲ੍ਹ ਕੇ ਵੇਖੀ, ਮੁਗਲ ਦਾ ਕਿਤੇ ਵੀ ਨਾਮ ਨਹੀਂ ਲਿਖਿਆ, ਨਾ ਅਮਾਨਤ ਦਾ ਵੇਰਵਾ ਲਿਖਿਆ ਹੋਇਆ ਦੇਖਿਆ। ਹਮਰੇ ਪਾਸ ਧਰੀ ਨਹਿ ਤੋਹੀ। ਭਾਈ ਰੂਪ ਚੰਦ ਭੀਵੇ ਨੇ ਅੱਗੋਂ ਜਵਾਬ ਦੇ ਦਿੱਤਾ, ਕਹਿਣ ਲੱਗੇ ਤੂੰ ਨੀ ਸਾਡੇ ਕੋਲੇ ਅਮਾਨਤ ਰੱਖ ਕੇ ਨੀ ਗਿਆ। ਵਹੀ ਨਾਮ ਕੋ ਪੇਖਿਓ ਨਾ ਮੋਹੀ। ਅਸੀਂ ਸਾਰੀ ਵਹੀ ਖੋਲ੍ਹ ਕੇ ਵੇਖੀ ਹੈ, ਕਿਤੇ ਵੀ ਤੇਰਾ ਨਾਮ ਦਰਜ ਕਰਾਇਆ ਹੋਇਆ, ਅਮਾਨਤ ਦਰਜ ਕਰਾਈ ਹੋਈ ਕਿਤੇ ਵੀ ਨਹੀਂ ਦੇਖੀ। ਆ ਵੇਖ ਲੈ, ਵਹੀ ਵਿੱਚ ਕਿਤੇ ਵੀ ਦਰਜ ਨਹੀਂ ਹੈ। ਝਗੜਤ ਝਗੜਤ ਕਰੇ ਸਿਤਾਬ। ਝਗੜਾ ਪੈ ਗਿਆ, ਉਹ ਕਹਿੰਦਾ ਰੱਖ ਕੇ ਗਿਆ, ਇਹ ਕਹਿੰਦੇ ਰੱਖ ਕੇ ਨਹੀਂ ਗਏ। ਕਾਲੇ ਪੈ ਗਏ ਆਪਸ ਦੇ ਵਿੱਚ, ਬਹੁਤ ਜ਼ਿਆਦਾ ਝਗੜਾ ਹੋਣ ਲੱਗ ਗਿਆ ਇਹਨਾਂ ਦੋਨੋਂ ਧਿਰਾਂ ਦਾ। ਹਿੱਤ ਨਿਆਓ ਟਿਕ ਗਏ ਨਵਾਬ। ਸਰਹੰਦ ਦੇ ਨਵਾਬ ਕੋਲੇ ਬੜੀ ਛੇਤੀ ਨਾਲ, ਮੁਗਲ ਜਿਹੜਾ ਸੀ ਨਾ, ਉਹ ਇਨਸਾਫ ਲੈਣ ਵਾਸਤੇ, ਸ਼ਿਕਾਇਤ ਕਰਨ ਵਾਸਤੇ ਸਰਹੰਦ ਦੇ ਨਵਾਬ ਦੀ ਕਚਹਿਰੀ ਵਿੱਚ ਚਲਿਆ ਗਿਆ ਬੜੀ ਛੇਤੀ। ਸਤਾਬ ਦਾ ਅਰਥ ਹੁੰਦਾ ਛੇਤੀ, ਛੇਤੀ ਜਾ ਕੇ ਸ਼ਿਕਾਇਤ ਲਾਈ। ਤਹਾਂ ਤੇਲ ਕੋ ਧਰਿਓ ਕਰਾ। ਹੁਣ ਨਵਾਬ ਕੀ ਕਰਦਾ, ਨਵਾਬ ਕੋਲੇ ਕੋਈ ਗਵਾਹ ਨਹੀਂ ਸੀ, ਨਾ ਤਾਂ ਮੁਗਲ ਕੋਲੇ ਗਵਾਹ ਕੋਈ ਜਿਹਨੂੰ ਪੇਸ਼ ਕਰਦਾ। ਨਵਾਬ ਆਖਣ ਲੱਗਾ, ਭਾਈ ਝਗੜਾ ਤੁਹਾਡਾ ਦੋਨੋਂ ਧਿਰਾਂ ਦਾ ਹੈ, ਫੈਸਲਾ ਮੈਂ ਕਿਵੇਂ ਕਰਾਂ, ਨਾ ਤਾਂ ਮੇਰੇ ਕੋਲੇ ਕੋਈ ਸਬੂਤ ਤੁਸੀਂ ਪੇਸ਼ ਕੀਤਾ, ਨਾ ਕੋਈ ਹੈ ਮੁਗਲ ਸ਼ਾਹੂਕਾਰ ਤੂੰ ਕੋਈ ਗਵਾਹ ਲੈ ਕੇ ਆਇਆ। ਚਲੋ, ਕਹਿੰਦਾ ਆਪਾਂ ਰੱਬ ਦੇ ਉੱਤੇ ਫੈਸਲਾ ਛੱਡੀਏ, ਖੁਦਾ ਦੇ ਉੱਤੇ ਫੈਸਲਾ ਛੱਡੀਏ। ਕਹਿੰਦਾ ਫੈਸਲਾ ਇਹ ਹੈ, ਅੱਗ ਬਾਲ ਕੇ ਚੁੱਲ੍ਹੇ ਵਿੱਚ, ਵੱਡੀ ਚੁਰ ਵਿੱਚ ਤੇਲ ਦਾ ਕੜਾਹਾ ਰੱਖ ਦਿਓ, ਅਤੇ ਜਦੋਂ ਤੇਲ ਉੱਬਣ ਲੱਗ ਪਵੇ ਨਾ, ਉਬਾਲੇ ਮਾਰਨ ਲੱਗ ਪਵੇ, ਉਦੋਂ ਵਾਰੋ ਵਾਰੀ ਦੋਨੋਂ ਧਿਰਾਂ ਉਸ ਉੱਬਲਦੇ ਤੇਲ ਵਿੱਚ ਆਪਣਾ ਹੱਥ ਪਾਓ। ਔਰ ਇਨਸਾਫ ਇਹ ਰੱਖਿਆ ਗਿਆ ਵੀ ਜਿਹਦਾ ਹੱਥ ਸੜ ਗਿਆ ਨਾ ਤੇਲ ਵਿੱਚ, ਉਹ ਝੂਠਾ ਮੰਨਿਆ ਜਾਏਗਾ, ਜਿਹਦਾ ਹੱਥ ਬਚ ਗਿਆ ਉਹ ਸੱਚਾ ਮੰਨਿਆ ਜਾਏਗਾ। ਔਰ ਇਹ ਨਿਆ ਮੈਂ ਨਹੀਂ ਕਰਾਂਗਾ, ਇਹ ਖੁਦਾ ਵੱਲੋਂ, ਰੱਬ ਵੱਲੋਂ ਨਿਆ ਸਮਝਿਆ ਜਾਏਗਾ ਕਿ ਪਰਮਾਤਮਾ ਨੇ ਨਿਆ ਕੀਤਾ ਹੈ, ਇਨਸਾਫ ਕੀਤਾ ਹੈ। ਜੋ ਰੱਬ ਕਰੇਗਾ ਉਹ ਸਾਰੇ ਮੰਨਣਗੇ ਉਸ ਗੱਲ ਨੂੰ। ਕਹਿਣ ਲੱਗੇ ਠੀਕ ਹੈ। ਸਿੱਖਾਂ ਨੇ ਵੀ ਕਹਿ ਦਿੱਤਾ ਵੀ ਸਾਨੂੰ ਵੀ ਪ੍ਰਵਾਨ ਹੈ, ਸਿੱਖ ਵੀ ਸੱਚੇ ਸਨ ਪਰ ਭੁੱਲ ਗਏ, ਮੁਗਲ ਵੀ ਸੱਚਾ, ਮੁਗਲ ਰੱਖ ਕੇ ਗਿਆ ਉਹ ਵੀ ਕਹਿਣ ਲੱਗਾ ਮੈਨੂੰ ਪ੍ਰਵਾਨ ਹੈ। ਦੋਨੋਂ ਧਿਰਾਂ ਦੀ ਸਹਿਮਤੀ ਲੈ ਕੇ ਤੇਲ ਦਾ ਕੜਾਹਤ ਰੱਖ ਦਿੱਤਾ ਤੇ ਔਰ ਤੇਲ ਉਬਲਦਾ ਹੈ। ਤਪਤ ਕਰਿਓ ਪਾਵਹੁ ਕਰ ਮਾਹਾ। ਸਾਧ ਸੰਗਤ ਜੀ, ਜਦੋਂ ਐਨ ਉਬਾਲੇ ਮਾਰਨ ਲੱਗ ਗਿਆ, ਮੁਗਲ ਕਹਿਣ ਲੱਗਾ ਸਿੱਖਾਂ ਨੂੰ ਕਿ ਤੁਹਾਡੇ ਕੋਲੇ ਅਮਾਨਤ ਰੱਖ ਕੇ ਗਿਆ ਸੀ, ਪਹਿਲਾਂ ਤੁਸੀਂ ਤੇਲ ਵਿੱਚ ਹੱਥ ਪਾਓ ਦੋਨੋਂ ਸਿੱਖ। ਪੰਚ ਮੋਹਰ ਕੋ ਕਰਨ ਪ੍ਰਸਾਦ। ਸਿੱਖਾਂ ਨੇ ਗਲ ਵਿੱਚ ਪੱਲਾ ਪਾਇਆ, ਪੰਜ ਸੋਨੇ ਦੀਆਂ ਮੋਹਰਾਂ ਦਾ ਕੜਾਹ ਪ੍ਰਸ਼ਾਦ ਕਰਾਉਣ ਦੀ ਦੇਗ ਦੀ ਸਤਿਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ। ਸਿੱਖਨ ਗੁਰ ਸੁਖ ਸੁਖੀ ਯਾਦ। ਸਿੱਖਾਂ ਨੇ ਜੇ ਜੋ ਗੁਰੂ ਸਾਰੇ ਸੁਖ ਬਖਸ਼ਣ ਵਾਲਾ, ਉਸ ਗੁਰੂ ਦੇ ਦਰ ਦੀ ਸੁਖਣਾ ਸੁਖੀ ਹੈ। ਸੁਖਣਾ ਸ਼ਬਦ ਬੜਾ ਸੌਖਾ ਹੈ,
ਔਰ ਇਹਨੂੰ ਵੀ ਬ੍ਰਾਹਮਣਵਾਦ ਦੇ ਨਾਲ ਹੀ ਲਾ ਦਿੰਦੇ ਆ ਕਿ ਇਹ ਵੀ ਬ੍ਰਾਹਮਣਵਾਦ ਹੈ। ਸੁਖਣਾ ਸੁਖਣੀਆਂ, ਇਹ ਸੁਖਣਾ ਸ਼ਬਦ ਪ੍ਰਾਚੀਨ ਸ਼ਬਦ ਹੈ ਗੁਰੂ ਕਾਲ ਦਾ। ਸੁੱਖ ਮੰਗਣੀ ਗੁਰੂ ਕੋਲੋਂ, ਹੋਰ ਸੁਖਣਾ ਦਾ ਕੀ ਅਰਥ ਹੈ? ਸੁੱਖ ਹਰ ਕੋਈ ਮੰਗਦਾ ਹੈ। ਔਰ ਇੱਥੇ ਵੀ ਸੁਖੀ ਸ਼ਬਦ ਆਇਆ ਵੀ ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਦੀ ਸੁਖਣਾ ਸੁਖੀ। ਆਪਾਂ ਵੀ ਸੁਖਦੇ ਹਾਂ, ਤਰਨ ਤਾਰਨ ਸਾਹਿਬ, ਹਰਿਮੰਦਰ ਸਾਹਿਬ, ਅਨੰਦਪੁਰ ਸਾਹਿਬ, ਫਤਿਹਗੜ੍ਹ ਸਾਹਿਬ, ਦਮਦਮਾ ਸਾਹਿਬ, ਹਜੂਰ ਸਾਹਿਬ, ਪਟਨਾ ਸਾਹਿਬ, ਸਿੱਖ ਸੁਖਦੇ ਹੀ ਹੈ ਨਾ, ਗੁਰੂ ਦੇ ਚਰਨਾਂ ਵਿੱਚ ਬੇਨਤੀਆਂ ਕਰਦੇ ਹੈ। ਗੁਰੂ ਕੋਈ ਮਾਇਆ ਦਾ ਭੁੱਖਾ ਨਹੀਂ। ਕੰਚਨ ਸੁ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋ। ਪਰਮੇਸ਼ਰ ਤੁਹਾਡੀ ਭਾਵਨਾ ਨੂੰ ਵੇਖਦਾ ਹੈ, ਸ਼ਰਧਾ ਨੂੰ ਵੇਖਦਾ। ਪੰਜ ਮੋਹਰਾਂ ਦੀ ਦੇ ਕਰਾਉਣ ਦੀ ਇਹਨਾਂ ਦੋਨਾਂ ਸਿੱਖਾਂ ਨੇ ਸੁੱਖ ਸੁਖੀ ਕਿ ਸੱਚੇ ਪਾਤਸ਼ਾਹ ਅਸੀਂ ਤੁਹਾਡੇ ਚਰਨਾਂ 'ਚ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਪੰਜ ਸੋਨੇ ਦੀਆਂ ਮੋਹਰਾਂ ਦਾ ਪ੍ਰਸ਼ਾਦ, ਕੜਾ ਪ੍ਰਸ਼ਾਦ ਦੇ ਕਰਾਵਾਂਗੇ, ਸਾਡੀ ਪੱਤ ਢੱਕਿਓ, ਰੱਖਿਆ ਕਰਿਓ। ਇਹ ਅਰਦਾਸ ਕੀਤੀ ਮਹਾਰਾਜ, ਔਖੀ ਘੜੀ ਨਾ ਦੇਖਣ ਦੇਈ, ਆਪ ਹੀ ਕਿਰਪਾ ਕਰਕੇ ਸਾਡੀ ਰੱਖਿਆ ਵੀ ਕਰਿਓ, ਇੱਜ਼ਤ ਵੀ ਬਚਾਇਓ। ਮੁਗਲ ਸ਼ੀਰਨੀ ਪੀਰ ਨ ਮਾਨੀ। ਸਿੱਖਾਂ ਨੇ ਗੁਰੂ ਅਰਜਨ ਦੇਵ ਜੀ ਦੀ ਸੁਖਣਾ ਸੁਖ ਲਈ ਤੇ ਮੁਗਲ ਨੇ ਆਪਣੇ ਪੀਰ ਦੀ ਸੀਰਨੀ। ਸਾਧ ਸੰਗਤ ਜੀ, ਪੀਰਾਂ ਦੇ ਉੱਤੇ ਲੋਕ ਮਿੱਠੇ ਚੌਲ ਚੜਾਉਣੇ ਉਹਨੂੰ ਵੀ ਸੀਰਨੀ ਕਹਿੰਦੇ ਸਨ, ਪੰਜੀਰੀ ਜੀ ਬਣਾ ਲੈਣੀ ਉਹਨੂੰ ਵੀ ਸੀਰਨੀ ਕਹਿੰਦੇ ਸਨ, ਔਰ ਰੋਡ ਜਿਹਾ ਬਣਾ ਕੇ ਉਹਨੂੰ ਕੁੱਟ ਕੇ ਵੰਡ ਦੇਣਾ ਉਹਨੂੰ ਵੀ ਸੀਰਨੀ ਕਹਿੰਦੇ ਸਨ। ਸੌਖਾ ਕਿ ਮੁਗਲ ਨੇ ਆਪਣੇ ਪੀਰਾਂ ਦੇ ਉੱਤੇ ਮਿੱਠਾ ਪ੍ਰਸ਼ਾਦ ਚੜਾਉਣ ਦੀ ਮੰਨਤ ਮੰਨੀ, ਸੁਖਣਾ ਸੁਖੀ। ਬਾਂਟਨ ਕਰੋ ਦਰੂਦ ਬਖਾਨੀ। ਦਰੂਦ ਦਾ ਅਰਥ ਹੁੰਦਾ ਦੁਆ, ਅਰਦਾਸ, ਬੇਨਤੀ ਕਰਨੀ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ। ਕੇ ਕਰ ਪਰਿਓ ਕਰਾਹੇ। ਔਰ ਫਿਰ ਉਹਨੇ ਕਈ ਹੋਰਾਂ ਦੀ ਵੀ ਸੁਖਣਾ ਸੁਖ ਲਈ, ਇੱਕ ਪੀਰ ਦੀ ਕਈ, ਕਈਆਂ ਦੀ ਸੁਖੀ ਗਿਆ। ਉਸ ਤੋਂ ਬਾਅਦ ਜਦੋਂ ਪੁੱਛ ਲਿਆ ਨਵਾਬ ਨੇ ਕਿ ਭਾਈ ਤੁਸੀਂ ਆਪਣਾ ਧਾਰਮਿਕ ਰਸਮ ਪੂਰੀ ਕਰ ਲਈ, ਕਹਿਣ ਲੱਗੇ ਹੋ ਗਈ। ਫਿਰ ਨਵਾਬ ਨੇ ਕਿਹਾ ਸਿੱਖਾਂ ਨੂੰ, ਚੰਗਾ ਤੁਸੀਂ ਪਾਓ ਆਪਣੇ ਹੱਥ ਉਬਲਦੇ ਤੇਲ ਵਿੱਚ। ਸਿੱਖ ਕਰ ਬਚਿਓ ਮੁਗਲ ਕੋ ਦਾਹੇ। ਸਾਧ ਸੰਗਤ ਜੀ, ਜਦੋਂ ਸਿੱਖਾਂ ਨੇ ਵਾਹਿਗੁਰੂ ਕਹਿ ਕੇ ਹੱਥ ਪਾਏ ਨਾ, ਉਸ ਬਲਦੇ ਉਬਲਦੇ ਤੇਲ ਵਿੱਚ ਸਿੱਖਾਂ ਦਾ ਰੋਮ ਵੀ ਨਹੀਂ ਸੜਿਆ। ਆਖੋ ਭਾਈ ਵਾਹਿਗੁਰੂ।
ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸਰਣਾਈ। ਸਿੱਖਾਂ ਦੇ ਹੱਥ ਸਹੀ ਸਲਾਮਤ ਰਹੇ ਜਿਵੇਂ ਠੰਡੇ ਪਾਣੀ ਵਿੱਚ ਪਾਏ ਹੁੰਦੇ ਆ। ਸੁਣਾ ਦਿੱਤਾ ਕਿ ਇਹ ਮੁਗਲ ਝੂਠਾ ਏ, ਇਸ ਨੂੰ ਭਰੇ ਦਰਬਾਰ ਵਿੱਚੋਂ ਧੱਕੇ ਮਾਰ ਕੇ ਬਾਹਰ ਕੱਢ ਦਿਓ। ਭੀਵਾ ਆਪਣੇ ਸਦਨ ਸਿਧਾਰਾ, ਭੀਵਾ ਆਪਣੇ ਘਰ ਨੂੰ ਚਲਿਆ ਗਿਆ। ਵਾਪਸ ਬਾਦਸ਼ਾਹ ਵੱਲੋਂ ਬੰਦ ਖਲਾਸੀ ਹੋ ਗਈ, ਬਾਦਸ਼ਾਹ ਵੱਲੋਂ ਇਨਸਾਫ ਦੇ ਦਿੱਤਾ ਗਿਆ। ਬੜੀ ਖੁਸ਼ੀ ਖੁਸ਼ੀ ਇੱਜ਼ਤ ਲੈ ਕੇ ਭਾਈ ਭੀਵਾ ਘਰ ਨੂੰ ਗਿਆ ਹੈ। ਰੂਪ ਚੰਦ ਭਰਾਤਾ ਸੋ ਕਹਿਓ, ਰੂਪ ਚੰਦ ਭਰਾ ਨੂੰ ਇਸ ਤਰ੍ਹਾਂ ਭਾਈ ਭੀਵੇ ਨੇ ਆਖਿਆ, ਕਿਉਂ ਧਨ ਮੁਗਲ ਮੰਗ ਬੋ ਚਾਹਿਓ। ਕਹਿੰਦੇ ਆਪਾਂ ਨੂੰ ਇੱਕ ਗੱਲ ਦੀ ਸਲਾਹ ਕਰਨੀ ਚਾਹੀਦੀ ਹੈ, ਵਿਚਾਰ ਕਰਨੀ ਚਾਹੀਦੀ ਹੈ ਕਿ ਮੁਗਲ ਧਨ ਕਿਉਂ ਮੰਗਦਾ ਸੀ। ਧਨ ਐਵੇਂ ਨਹੀਂ ਮੰਗਿਆ, ਉਹ ਕੋਈ ਚੋਰ ਤਾਂ ਹੈ ਨਹੀਂ। ਧਨ ਮੰਗਣ ਦਾ ਕੋਈ ਪ੍ਰਯੋਜਨ ਜ਼ਰੂਰ ਹੋ ਸਕਦਾ, ਕੋਈ ਕਾਰਨ ਹੋ ਸਕਦਾ। ਆਪਾਂ ਨੂੰ ਇਸ ਗੱਲ ਕਰਨ ਲੱਗ ਪਏ ਦੋਨੋਂ ਭਰਾ। ਤਬ ਤੇ ਅਮਾਨਤ ਸ਼ਾਇਦ ਪਈ ਨਾ ਹੋਵੇ। ਖੋਜਨ ਕਰੀ ਸਕਲ ਅਸਥਾਨ, ਜਦੋਂ ਸਾਰੀ ਦੁਕਾਨ ਦੀਆਂ ਅਲਮਾਰੀਆਂ, ਸਾਰੀ ਦੁਕਾਨ ਚੰਗੀ ਤਰ੍ਹਾਂ ਲੱਭ ਕੇ ਖੋਜਿਆ, ਵੇਖਿਆ ਚੰਗੀ ਤਰ੍ਹਾਂ, ਕਿਸ ਬਾਸਨ ਮਹਿਤੇ ਸੋ ਪਾਈ। ਬਰਤਨਾਂ ਵਿੱਚ ਹੀ ਅਗਲੇ ਪੁਰਾਣੇ ਸਮਿਆਂ ਵਿੱਚ ਥੈਲੀਆਂ ਰੱਖ ਕੇ ਉੱਤੋਂ ਢੱਕ ਦਿਆ ਕਰਦੇ ਸਨ। ਕਿਸੇ ਮਿੱਟੀ ਦੇ ਬਰਤਨ ਵਿੱਚ ਦੁਕਾਨ ਵਿੱਚੋਂ ਸਾਧ ਸਿੰਘ ਜੀ ਜਦੋਂ ਢੱਕਣ ਚੁੱਕਿਆ ਨਾ, ਉਹ 500 ਸੋਨੇ ਦੀਆਂ ਮੋਹਰਾਂ ਦੀ ਥੈਲੀ ਲੱਭ ਪਈ। ਸਿੱਖਾਂ ਨੂੰ ਵੀ ਚੇਤਾ ਭੁੱਲ ਗਿਆ, ਉਹਨੂੰ ਲਿਖਾਉਣ ਦਾ ਚੇਤਾ ਭੁੱਲ ਗਿਆ, ਪਰ ਜਦੋਂ ਲੱਭੀ ਤਾਂ ਉਹ ਲੱਭ ਪਈ ਸੋਨੇ ਦੀ ਮੋਹਰਾਂ ਦੀ ਥੈਲੀ। ਮੋਹਰ ਵਾਸਣੀ ਮਹਿ ਸਮਦਾਈ, ਉਹ ਮੋਹਰਾਂ ਦੀ ਵਾਸਣੀ ਲੱਕ ਨਾਲ ਬੰਨ ਕੇ ਲਪੇਟ ਲੈਂਦੇ ਸਨ ਲੋਕ, ਇੱਕ ਇੱਕ ਰੁਪਈਆ ਪਾ ਕੇ। ਪੁਰਾਣੇ ਬਜ਼ੁਰਗਾਂ ਨੂੰ ਪਤਾ ਉਹ ਵਾਸਣੀ ਜਾਂ ਉਹ ਬਾਂਸ ਦੇ ਪੂਰੇ ਵਿੱਚ ਪਾ ਦਿੰਦੇ ਸਨ। ਪੁਰਾਣੇ ਸਮਿਆਂ ਵਿੱਚ ਇੱਕ ਇੱਕ ਰੁਪਏ ਦਾ ਥਾਂ ਬਣਾ ਕੇ ਨਾ ਬਾਂਸ ਦੇ ਪੂਰੇ ਵਿੱਚ ਪਾ ਲੈਣਾ, ਕਿਸੇ ਨੂੰ ਪਤਾ ਨਾ ਲੱਗੇ ਵੀ ਧਨ ਹੈ ਇਹਦੇ ਵਿੱਚ, ਜਾਂ ਕੱਪੜੇ ਵਿੱਚ ਵੀ ਲਪੇਟ ਕੇ ਉਹ ਛੋਟੀ ਗੋਲ ਆਕਾਰ ਦੀ ਬਣਾ ਲੈਂਦੇ ਸਨ ਥੈਲੀ। ਸੋ ਸਾਧ ਸੰਗਤ ਜੀ, ਉਹ ਵਾਸਣੀ ਜਿਹੜੀ ਸੀ ਸੋਨੇ ਦੀ ਮੋਹਰਾਂ ਦੀ, ਉਹ ਇਹਨਾਂ ਨੂੰ ਲੱਭ ਪਈ, ਮਿਲ ਗਈ। ਬਹੁਤ ਬਸੂਰਤ ਸ਼ਿਗਰ ਗਏ ਤਹਾਂ, ਸਿੱਖਾਂ ਨੂੰ ਬੜਾ ਪਛਤਾਪ ਹੋਇਆ ਮਨ ਵਿੱਚ। ਇਹ ਸੱਚੇ ਹੈ, ਇਹਨਾਂ ਨੇ ਕੋਈ ਕਪਟ ਨਹੀਂ ਕੀਤਾ, ਧੋਖਾ ਨਹੀਂ ਕੀਤਾ ਜਾਂ ਲਾਲਚ ਨਹੀਂ ਕੀਤਾ। ਬੜੇ ਝੂਰਦੇ ਆ ਮਨ ਵਿੱਚ, ਪਛਤਾਪ ਕਰਦੇ ਆ ਵੀ ਬੜਾ ਗਲਤ ਕੰਮ ਹੋਇਆ। ਵਿਚਾਰੇ ਮੁਗਲ ਦੀ ਭਰੀ ਸਭਾ ਦੇ ਵਿੱਚ ਵੀ ਪੱਤ ਲੈ ਗਈ ਔਰ ਉਹਦਾ ਹੱਥ ਵੀ ਸੜ ਗਿਆ। ਹੈ ਉਹ ਸੱਚਾ ਸੀ। ਪਛਤਾਪ ਕਰਦੇ ਕਰਦੇ ਦੋਨੋਂ ਭਰਾ ਮੁਗਲ ਦੇ ਘਰ ਵਿੱਚ ਗਏ। ਮੁਗਲ ਸਚਿੰਤ ਮਹਾ ਦੁੱਖ ਸੋ ਜਹਾਂ, ਹੁਣ ਮੁਗਲ ਵਿਚਾਰਾ ਅੱਗੇ ਬੜਾ ਦੁਖੀ ਹੈ। ਇੱਕ ਤਾਂ ਦੁਨੀਆਂ ਵਿੱਚ ਪੱਤ ਲੈ ਗਈ, ਹੱਥ ਸੜ ਗਿਆ, ਦੂਜਾ ਧਨ ਨਹੀਂ ਕੋਲੇ ਰਿਹਾ। ਉਹ ਬੜਾ ਦੁੱਖ ਨਾਲ ਭਰਿਆ ਪੀਤਾ ਬੈਠਾ ਹੈ, ਦੂ ਝੂਰਦਾ ਹੈ। ਬਿਸਰ ਗਏ ਹਮ ਖੋਜੀ ਆਛੇ, ਉਸ ਨੂੰ ਜਾ ਕੇ ਕਹਿਣ ਲੱਗੇ ਭਰਾਵਾ
ਤੇਰੀ ਸੋਨੇ ਦੇ ਮੋਹਰਾਂ ਦੀ ਥੈਲੀ ਸਾਨੂੰ ਲਿਖਣੀ ਭੁੱਲ ਗਈ, ਤੈਨੂੰ ਲਿਖਾਉਣੀ ਭੁੱਲ ਗਈ, ਸਾਡੇ 'ਤੇ ਯਕੀਨ ਕਰਕੇ ਉਵੇਂ ਰੱਖ ਗਿਆ। ਪਰ ਅਸੀਂ ਜਦੋਂ ਜਾ ਕੇ ਬਾਅਦ ਵਿੱਚ ਸਾਰੀ ਦੁਕਾਨ ਖੋਜੀ ਭਾਵ ਲੱਭੀ ਭਾਲੀ ਐ, ਭਰੀ ਵਾਸ਼ਨੀ ਪ੍ਰਾਪਤ ਪਾਸੇ, ਇਹ ਸੋਨੇ ਦੀਆਂ ਮੋਹਰਾਂ ਦੀ ਵਾਸ਼ਨੀ ਸਾਨੂੰ ਤੇਰੀ ਲੱਭ ਪਈ ਐ ਚੰਗੀ ਤਰ੍ਹਾਂ। ਲਿਹੋ ਆਪਣੀ ਦੁੱਖ ਦੂਰ ਕਰੀਜਾ, ਇਹ ਆਪਣੀ ਅਮਾਨਤ ਲੈ ਲੈ ਤੇ ਆਪਣਾ ਦੁੱਖ ਦੂਰ ਕਰ। ਆਖੋ ਭਾਈ ਵਾਹਿਗੁਰੂ, ਇਹ ਸਿੱਖਾਂ ਦਾ ਜੀਵਨ ਸੀ ਪੁਰਾਣੇ ਸਮਿਆਂ ਵਿੱਚ, ਅਮਾਨਤ ਵਿੱਚ ਖਿਆਨਤ ਨਹੀਂ, ਭੁੱਲ ਗਏ। ਭੁੱਲਿਆਂ ਦੀ ਪੱਤ ਗੁਰੂ ਸਾਹਿਬ ਨੇ ਰੱਖੀ, ਪਰ ਪਤਾ ਲੱਗਣ ਤੋਂ ਬਾਅਦ ਬੇਈਮਾਨੀ ਨਹੀਂ ਕੀਤੀ। ਜਦੋਂ ਪਤਾ ਲੱਗ ਗਿਆ ਫੇਰ ਤਾਂ ਭਾਵੇਂ ਰੱਖ ਵੀ ਲੈਂਦੇ, ਕਿਸੇ ਨੇ ਪੁੱਛਣਾ ਥੋੜੋ ਸੀ। ਪਰ ਗੁਰੂ ਦਾ ਡਰ ਹੈ, ਗੁਰੂ ਦਾ ਭੈ ਮਨ ਵਿੱਚ ਕਿ ਗੁਰੂ ਤਾਂ ਵੇਖਦਾ ਨਾ। ਬੇਈਮਾਨੀ ਨਹੀਂ ਕੀਤੀ, ਇਮਾਨਦਾਰੀ ਕਰਕੇ ਵਿਖਾਈ ਹੈ। ਉਸੇ ਵਕਤ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ। ਗੁਰਬਾਣੀ ਵਿੱਚ ਆਇਆ ਕਿਸੇ ਦੀ ਅਮਾਨਤ ਨਾ ਰੱਖੋ, ਭੁੱਲ ਕੇ ਵੀ ਉਹਨੂੰ ਵਾਪਸ ਦਿਓ। ਭਾਈ ਘਨੱਈਆ ਜੀ ਦੇ ਪਾਸ ਇੱਕ ਗੁਰੂ ਕਾ ਸਿੱਖ ਅਤੇ ਇੱਕ ਸ਼ਾਹੂਕਾਰ ਦੋਨਾਂ ਦਾ ਝਗੜਾ ਆ ਗਿਆ ਲਾਹੌਰ ਦੇ ਵਿੱਚ। ਭਾਈ ਘਨੱਈਆ ਜੀ ਨੂੰ ਸ਼ਾਹੂਕਾਰ ਨੇ ਆ ਕੇ ਸ਼ਿਕਾਇਤ ਕੀਤੀ, ਮਹਾਰਾਜ ਅਮਕਾ ਸਿੱਖ, ਅਮਕਾ ਪ੍ਰਾਣੀ ਬੋਲੀ ਹੈ, ਵੀ ਫਲਾਨਾ ਸਿੱਖ ਹੈ ਤੁਹਾਡਾ, ਉਹਨੇ ਮੇਰੇ ਕੋਲੋਂ ਇੰਨੀ ਮਾਇਆ ਲਈ ਸੀ, ਕਰਜ਼ਾ ਲੈਣ ਵਾਸਤੇ ਕਰਜ਼ਾ ਲਿਆ ਸੀ ਘਰ ਦੇ ਕੰਮ ਕਾਰ ਲਈ, ਪਰ ਹੁਣ ਉਹ ਦੇਣ ਤੋਂ ਮੁੱਕਰ ਗਿਆ, ਮੇਰੀ ਵਾਪਸ ਨਹੀਂ ਕਰਦਾ ਅਮਾਨਤ, ਮੈਂ ਬੜਾ ਦੁਖੀ ਹੈ। ਭਾਈ ਸਾਹਿਬ ਕਹਿਣ ਲੱਗੇ, ਭਾਈ ਕੱਲ੍ਹ ਨੂੰ ਦੀਵਾਨ ਲੱਗੇਗਾ, ਉਹਨੂੰ ਵੀ ਬੁਲਾ ਲਓ। ਦੂਜੇ ਦਿਨ ਬੁਲਾਇਆ, ਭਾਈ ਘਨੱਈਆ ਜੀ ਕਹਿਣ ਲੱਗੇ, ਭਾਈ ਇਹ ਸ਼ਾਹੂਕਾਰ ਨੇ ਤੈਨੂੰ ਕਰਜ਼ਾ ਦਿੱਤਾ ਸੀ, ਸੱਚ ਬੋਲ, ਗੁਰੂ ਹਾਜ਼ਰ ਹੈ ਸੰਗਤ ਵਿੱਚ। ਕਹਿਣ ਲੱਗਾ ਜੀ ਦਿੱਤਾ ਸੀ। ਕਹਿੰਦੇ ਅਮਾਨਤ ਦਿੱਤੀ ਸੀ? ਕਹਿੰਦਾ ਹਾਂਜੀ ਦਿੱਤੀ ਸੀ। ਕਹਿੰਦੇ ਫਿਰ ਕਿਉਂ ਮੋੜੀ, ਕਿਉਂ ਨਹੀਂ ਮੋੜਦਾ, ਮੁੱਕਰ ਕਿਉਂ ਗਿਆ? ਭਾਈ ਸਾਹਿਬ ਨੇ ਪੰਗਤੀ ਪੜ੍ਹੀ, ਕਹਿੰਦੇ ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ। ਕਹਿੰਦੇ ਪਰਾਈ ਅਮਾਨਤ ਨਹੀਂ ਚੁਰਾਈ ਦੀ, ਜਿਹੜਾ ਲਿਆ ਉਹਨੂੰ ਵਾਪਸ ਕਰ, ਇਮਾਨਦਾਰੀ ਨਾਲ ਮੋੜ। ਰੱਬ ਦੀ ਦਰਗਾਹ ਵਿੱਚ ਵੀ ਸੁਰਖਰੂ ਹੋਸੀ ਅਤੇ ਸੰਗਤ ਦੀ ਦਰਗਾਹ ਵਿੱਚ ਵੀ ਸੁਰਖਰੂ ਹੋਸੀ, ਪੁਰਾਣੇ ਸ਼ਬਦ ਹੈ। ਕਹਿੰਦੇ ਰੱਬ ਦੀ ਦਰਗਾਹ ਵਿੱਚ ਵੀ ਤੂੰ ਸੁਰਖਰੂ ਹੋਵੇਂਗਾ ਅਤੇ ਸੰਗਤ ਦੀ ਦਰਗਾਹ ਵਿੱਚ ਵੀ ਸੁਰਖਰੂ ਹੋ ਜਾਏਗਾ। ਸੋ ਸਾਧ ਸੰਗਤ ਜੀ, ਇਸ ਕਰਕੇ ਮਨ ਵਿੱਚ ਬੇਈਮਾਨੀ ਨਹੀਂ ਸਿੱਖਾਂ ਦੇ ਵਿਚਾਰਿਆਂ ਦੇ, ਭੁੱਲ ਗਏ, ਭੁੱਲਣ ਵਿੱਚ ਕੀ ਆ ਸਭ ਕੋਈ, ਪਰ ਫਿਰ ਜਾ ਕੇ ਇਮਾਨਦਾਰੀ ਨਾਲ ਵਾਪਸ ਕਰ ਦਿੱਤੀ। ਕਹਿਣ ਲੱਗੇ, ਭਰਾਵਾ ਜਿਹੜਾ ਤੈਨੂੰ ਦੁੱਖ ਦਿੱਤਾ ਉਸ ਦੀ ਸਾਨੂੰ ਖਿਮਾ ਦੇ। ਸ਼ਿਮਾ ਭੂਲ ਹਮਰੀ ਸੁਖ ਲੀਜਾ, ਸਾਡੀ ਭੁੱਲ ਦੀ ਸਾਨੂੰ ਖਿਮਾ ਕਰ ਦੇ, ਆਪਣੀ ਅਮਾਨਤ ਲੈ ਕੇ ਸੁਖ ਮਾਣ। ਬਿਸਮਤ ਮੁਗਲ ਕਹੀ ਮੁਖ ਬਾਨੀ, ਹੁਣ ਮੁਗਲ ਹੈਰਾਨ ਹੋ ਗਿਆ, ਹੈਰਾਨੀ ਭਰੇ ਸ਼ਬਦ ਮੁਗਲ ਨੇ ਅੱਗੋਂ ਇਹਨਾਂ ਨੂੰ ਕਹੇ ਪੁੱਛਿਆ ਹੈ। ਕਿਸ ਕੀ ਤੁਮ ਮੰਨਤ ਤਬ ਮਾਨੀ, ਕਹਿੰਦਾ ਛੱਡੋ ਮੋਹਰਾਂ ਨੂੰ, ਮੋਹਰਾਂ ਮੇਰੇ ਕੋਲੇ ਬਹੁਤ ਹਨ, ਹੋਰ ਗੱਲਾਂ ਵੀ ਛੱਡੋ। ਕਹਿੰਦਾ ਇਹ ਗੱਲ ਦੱਸੋ, ਤੁਸੀਂ ਸੁਖਣਾ ਕਿਹਦੀ ਸੁਖੀ ਸੀ, ਮੰਨਤ ਕਿਹਦੀ ਮੰਨੀ ਸੀ? ਮੁਸਲਮਾਨ ਮੰਨਤ ਕਹਿੰਦੇ ਆ, ਆਪਾਂ ਸੁਖਣਾ ਕਹਿ ਦਿੰਦੇ ਹਾਂ, ਸ਼ਬਦ ਵੱਖ ਵੱਖ ਹੈ, ਅਰਥ ਇੱਕੋ ਹੀ ਹੈ। ਕਹਿੰਦੇ ਮੰਨਤ ਕਿਹਦੀ ਮੰਨੀ ਸੀ ਪਹਿਲਾਂ,
ਮੈਨੂੰ ਇਹ ਗੱਲ ਦੱਸਣਾ ਕਰੋ, ਮੈਂ ਪੁੱਛਣਾ ਚਾਹੁੰਦਾ ਹਾਂ। ਕਹਿਓ ਮੋਹਰ ਹਮ ਪੰਜ, ਭੀਵਾ ਕਹਿਣ ਲੱਗਾ ਮੈਂ ਤਾਂ ਭਾਈ ਪੰਜ ਮੋਹਰਾਂ ਦੀ ਸੁਖਣਾ ਸੁਖੀ ਸੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਵਿੱਚ। ਸੁਖੀ ਸੁਖ ਸਤਿਗੁਰੂ ਸਾਚੇ। ਭਾਈ ਸਾਹਿਬ ਗੁਰੂ ਸਾਹਿਬ ਦੇ ਸਮੇਂ ਦੇ ਸ਼ਬਦ ਵਰਤ ਰਹੇ ਆ, ਕਹਿੰਦੇ ਗੁਰੂ ਅਰਜਨ ਦੇਵ ਸੱਚੇ ਸਤਿਗੁਰੂ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰ ਦੀ ਸੁਖਣਾ ਸੁਖੀ ਸੀ ਮੈਂ, ਕਿ ਪੰਜ ਰੁਪਏ ਪੰਜ ਮੋਹਰਾਂ ਦਾ ਕੜਾ ਪ੍ਰਸ਼ਾਦ ਕਰਾਵਾਂਗਾ, ਅੰਮ੍ਰਿਤਸਰ ਸਾਹਿਬ ਆ ਕੇ ਇਹੀ ਮੰਨਤ ਮੰਨੀ ਹੈ, ਇਹੀ ਸੁਖਣਾ ਸੁਖੀ ਹੈ। ਕਮਲ ਗੁਰੂ ਮੁਗਲ ਮਨ ਜਾਣ, ਮਨ ਵਿੱਚ ਜਾਣਿਆ ਮੁਗਲ ਨੇ ਕਿ ਗੁਰੂ ਪੂਰਾ। ਕਾਮਲ ਸ਼ਬਦ ਮੁਸਲਮਾਨ ਉਸ ਪੀਰ ਫਕੀਰ ਨੂੰ ਕਹਿੰਦੇ ਹੈ ਜਿਹੜਾ ਐਨ ਪੂਰਾ ਹੋਵੇ, ਸ਼ਕਤੀ ਸੰਪੰਨ ਹੋਵੇ, ਸ਼ਕਤੀਆਂ ਵਾਲਾ, ਹਰ ਪੱਖ ਤੋਂ ਪੂਰਾ। ਕਾਮਲ ਦਾ ਅਰਥ ਹੁੰਦਾ ਪੂਰਾ। ਕਹਿੰਦਾ ਵੀ ਤੁਹਾਡਾ ਗੁਰੂ ਬੜਾ ਕਾਮਲ ਹੈ, ਮੈਂ ਇਹ ਗੱਲ ਜਾਣ ਲਈ ਪੂਰਾ ਸ਼ਕਤੀਵਾਨ ਹੈ। ਕਹਿਓ ਚੱਲੋ ਲੈ ਮੁਝ ਗੁਰ ਥਾਨ, ਕਹਿੰਦਾ ਮੈਂ ਆਪਣੇ ਮਨ ਦੀ ਸ਼ੰਕਾ ਨਿਵਰਤ ਕਰਨੀ ਹੈ, ਇੱਥੇ ਤੁਹਾਡੇ ਨਾਲ ਕੋਈ ਗੱਲ ਨਹੀਂ ਕਰਨੀ, ਮੈਨੂੰ ਆਪਣੇ ਗੁਰੂ ਸਾਹਿਬ ਦੇ ਚਰਨਾਂ 'ਚ ਲੈ ਕੇ ਜਾਓ, ਤੇ ਮੈਂ ਉੱਥੇ ਜਾ ਕੇ ਗੱਲ ਦਾ ਫੈਸਲਾ ਕਰਾਵਾਂਗਾ। ਦੋਨੋਂ ਭਰਾਤ ਸੰਗ ਲੈ ਤਾਹੀਂ, ਦੋਨੋਂ ਭਰਾ ਭਾਈ ਭੀਵਾ ਤੇ ਰੂਪ ਚੰਦ ਨੂੰ ਨਾਲ ਲੈ ਕੇ ਮੁਗਲ ਸਰਹੰਦ ਤੋਂ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ ਐ। ਆਏ ਸ਼ਿਗਰ ਗੁਰੂ ਕੇ ਪਾਹੀ, ਬੜੀ ਛੇਤੀ ਧੰਨ ਗੁਰੂ ਅਰਜਨ ਦੇਵ ਜੀ ਦੇ ਪਾਸ ਅੰਮ੍ਰਿਤਸਰ ਸਾਹਿਬ ਪਹੁੰਚ ਗਏ। ਮਸਤਕ ਟੇਕ ਬੈਠ ਕਰ ਬੂਝੇ, ਮੱਥਾ ਟੇਕਿਆ ਮੁਗਲ ਨੂੰ, ਕਾਹਲੀ ਬੜੀ ਸੀ ਕਿ ਛੇਤੀ ਪੁੱਛਾ, ਹੱਥ ਜੋੜ ਕੇ ਪੁੱਛਣ ਲੱਗਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰਕੇ। ਇਹ ਵਿਪਰੀਤ ਭਈ ਔਰ ਸੂਝੇ, ਮਹਾਰਾਜ ਮੇਰੇ ਦਿਲ ਵਿੱਚ ਇੱਕ ਗੱਲ ਬਾਰ ਬਾਰ ਆਉਂਦੀ ਹੈ ਕਿ ਉਲਟ ਗੱਲ ਕਿਵੇਂ ਹੋ ਗਈ, ਤੁਹਾਡਾ ਤੇ ਰੱਬ ਦਾ ਨਿਆਂ ਜਿਹੜਾ ਉਹ ਸੱਚਾ ਪੂਰਾ ਐਨ ਰੱਤੀਓ ਮਾਸਾ ਤੋਲ ਕਢਾਵਣਿਆ ਵਾਲੀ ਗੱਲ ਹੈ, ਪਰ ਇਹ ਗੱਲ ਉਲਟ ਕਿਵੇਂ ਹੋ ਗਈ, ਬਦਲ ਕਿਵੇਂ ਗਈ? ਸਾਚੋ ਝੂਠ, ਝੂਠ ਪਾ ਸਾਚੋ, ਜਿਹੜਾ ਤਾਂ ਸੱਚਾ ਸੀ ਉਹ ਝੂਠਾ ਬਣ ਗਿਆ ਤੇ ਝੂਠੇ ਸੱਚੇ ਸਾਬਤ ਹੋ ਗਏ। ਸੁਣ ਸ਼੍ਰੀ ਸਤਿਗੁਰ ਬਚਨ ਉਬਾਚੋ, ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗਾ, ਮਹਾਰਾਜ ਮੈਨੂੰ ਇਸ ਗੱਲ ਦਾ ਉੱਤਰ ਦਿਓ ਕਿ ਜਿਹੜੇ ਝੂਠੇ ਉਹ ਸੱਚੇ ਕਿਵੇਂ ਬਣੇ ਤੇ ਸੱਚਾ ਝੂਠਾ ਕਿਵੇਂ ਸਾਬਤ ਹੋ ਗਿਆ, ਮੈਨੂੰ ਕਿਰਪਾ ਕਰਕੇ ਮੇਰੀ ਤਸੱਲੀ ਕਰਾਓ, ਮੈਨੂੰ ਦੱਸੋ ਇਹ ਕੀ ਭਾਣਾ ਮੇਰੇ ਨਾਲ ਵਾਪਰਿਆ ਹੈ। ਇਸ ਕੋ ਨੈ ਸੁਦ ਦਰਬ ਤੁਹਾਰੇ, ਉਸ ਵਕਤ ਮਹਾਰਾਜ ਕਹਿਣ ਲੱਗੇ ਭਾਈ ਹੈ ਮੁਗਲ, ਜਿਹੜਾ ਤੁਸੀਂ ਧਨ ਰੱਖ ਕੇ ਗਏ ਸੀ ਨਾ ਸਿੱਖਾਂ ਦੀ ਅਮਾਨਤੀ ਖਜ਼ਾਨੇ ਵਿੱਚ, ਉਸ ਧਨ ਦਾ ਸਿੱਖਾਂ ਨੂੰ ਲਿਖਣ ਦਾ ਚੇਤਾ ਭੁੱਲ ਗਿਆ, ਤੂੰ ਲਿਖਾਇਆ ਨਾ ਇਮਾਨਦਾਰ ਸਮਝ ਕੇ ਯਕੀਨ ਰੱਖਿਆ, ਇਸ ਕਰਕੇ ਸ਼ੁੱਧ ਨਾਮ ਤੁਸੀਂ ਦੋਨਾਂ ਨੇ ਨਹੀਂ ਖਿਆਲ ਰੱਖਿਆ, ਨਾ ਤੂੰ ਲਿਖਾਇਆ ਨਾ ਉਹਨਾਂ ਨੇ ਲਿਖਿਆ, ਗਲਤੀ ਇੱਥੇ ਕੁ ਹੋ ਗਈ ਦੋਨਾਂ ਪੱਖਾਂ ਤੋਂ। ਪਰਿਓ ਸਿੱਖ ਪੁੰਨ ਸ਼ਰਨ ਹਮਾਰੇ, ਇਸ ਕਰਕੇ ਕਹਿੰਦੇ ਜੋ ਕੁਝ ਹੋਇਆ ਨਾ ਉਹ ਇਸ ਕਰਕੇ ਹੋਇਆ ਕਿ ਸਿੱਖਾਂ ਨੇ ਸਾਡੀ ਸ਼ਰਨ ਲੈ ਲਈ, ਸਿੱਖਾਂ ਨੇ ਸਾਡਾ ਆਸਰਾ ਤੱਕ ਲਿਆ,
ਸਿੱਖਾਂ ਨੇ ਸਾਡੇ ਚਰਨਾਂ ਦਾ ਧਿਆਨ ਧਾਰ ਕੇ ਅਰਦਾਸ ਕੀਤੀ। ਲਿਓ ਉਬਾਰ ਆਪਣੋ ਜਾਣੇ, ਮਹਾਰਾਜ ਕਹਿੰਦੇ ਅਸੀਂ ਆਪਣੇ ਜਾਣ ਕੇ ਬਚਾ ਲਿਆ ਇਹਨਾਂ ਨੂੰ ਹੱਥ ਦੇ ਕੇ ਕਿ ਸਾਡੇ ਹੈ। ਆਪਣੇ ਦੀ ਲਾਜ ਗੁਰੂ ਰੱਖਦਾ ਹੀ ਰੱਖਦਾ ਤੇ ਅਸੀਂ ਇਹਨਾਂ ਦੀ ਰੱਖਿਆ ਕਰਨੀ ਕਰਨੀ ਸੀ, ਪਤ ਵੀ ਬਚਾਉਣੀ ਸੀ। ਤੁਬ ਬਹੁ ਪੀਰ ਨਾ ਰਛਿਆ ਠਾਨੇ, ਮਹਾਰਾਜ ਕਹਿੰਦੇ ਤੇਰੇ ਪੀਰ ਬੜੇ ਸੀ, ਤੂੰ ਬੜਿਆਂ ਨੂੰ ਧਿਆਇਆ, ਇੱਕ ਤੇ ਯਕੀਨ ਨਹੀਂ ਰੱਖਿਆ, ਕਿਸੇ ਨੇ ਤੇਰੀ ਰੱਖਿਆ ਨਹੀਂ ਕੀਤੀ, ਇਹਨਾਂ ਦਾ ਇੱਕ ਤੇ ਨਿਸ਼ਚਾ ਸੀ। ਮਹਾਰਾਜ ਕਹਿੰਦੇ ਸਿਦਕ ਦੀਆਂ ਬਹੁਤੀਆਂ ਅੱਖਾਂ ਨਹੀਂ ਹੁੰਦੀਆਂ, ਸਿਦਕ ਦੀਆਂ ਬਹੁਤੀਆਂ ਜ਼ਬਾਨਾਂ ਨਹੀਂ ਹੁੰਦੀਆਂ, ਸਿਦਕ ਦੇ ਬਹੁਤੇ ਹੱਥ ਨਹੀਂ ਹੁੰਦੇ, ਸਿਦਕ ਦੇ ਬਹੁਤੇ ਪੈਰ ਨਹੀਂ ਹੁੰਦੇ, ਸਿਦਕ ਦੇ ਬਹੁਤੇ ਨਿਸ਼ਚੇ ਨਹੀਂ ਹੁੰਦੇ, ਸਿਦਕ ਇੱਕ ਤੇ ਹੁੰਦਾ, ਭਰੋਸਾ ਇੱਕ ਤੇ ਹੁੰਦਾ। ਇੱਕ ਤੇ ਭਰੋਸਾ ਰੱਖਣ ਨਾਲ ਜੀਵਨ ਵਿੱਚ ਸਾਰਾ ਕੁਝ ਜੀਵਨ ਵਿੱਚ ਪ੍ਰਾਪਤ ਹੁੰਦਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਨੂੰ ਕਈ ਵਾਰੀ ਸੰਗਤ ਵਿੱਚੋਂ ਸਿੰਘਾਂ ਨੇ ਕਹਿ ਦੇਣਾ, ਸੰਤੋ ਤੁਸੀਂ ਹਕੂਮਤ ਨਾਲ ਟੱਕਰ ਲੈ ਰਹੇ ਹੈ, ਹਕੂਮਤਾਂ ਨਾਲ ਲੜਨਾ ਬੜਾ ਔਖਾ ਹੁੰਦਾ, ਤੁਹਾਡੇ ਨਾਲ ਕੋਈ ਬਹੁਤੇ ਸਿੰਘਾਂ ਦੀ ਵੀ ਗਿਣਤੀ ਨਹੀਂ, ਤੁਹਾਡੇ ਕੋਲੇ ਬਹੁਤਾ ਵੱਡਾ ਖਜ਼ਾਨਾ ਵੀ ਨਹੀਂ ਮਾਇਆ ਦਾ, ਤੁਹਾਡੇ ਕੋਲੇ ਸ਼ਸਤਰ ਅਸਤਰ ਵੀ ਨਹੀਂ ਹਨ, ਕਿਵੇਂ ਮੁਕਾਬਲਾ ਕਰੋਗੇ? ਤਾਂ ਸੰਤਾਂ ਨੇ ਸਾਧ ਸੰਗਤ ਦੀ ਇੱਕੋ ਹੀ ਇਹ ਧਾਰਨਾ ਬੜੇ ਪ੍ਰੇਮ ਨਾਲ ਪੜ੍ਹਦੇ ਸਨ, ਅੱਜ ਉਹਨਾਂ ਦਾ ਜਨਮ ਦਿਹਾੜਾ ਆਪਾਂ ਵੀ ਪੜ੍ਹ ਲਈਏ ਸਾਰੇ। ਸਾਡਾ ਤੇ ਨਮਾਨਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ, ਸਾਡਾ ਤੇ ਨਮਾਨਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ, ਸਾਡਾ ਤੇ ਨਿਮਾਣਿਆਂ ਦਾ ਤੂੰ ਹੀ ਹੈ, ਹੋਰ ਕੋਈ ਆਸਰਾ ਨਹੀਂ, ਕਿਸੇ ਕੋਈ ਕੋਏ ਮਨ ਨਿਮਾਣੀ ਇੱਕ ਤੂੰ। ਕਹਿੰਦੇ ਇੱਕ ਕਲੰਗੀਆਂ ਵਾਲਾ ਜਾਮ ਗੁਰੂ ਹੋਏ ਵੱਲ, ਧਨਹਿ ਕਿਆ ਗਾਰਵ ਦਿੱਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿੱਜੇ, ਲੱਖਾਂ ਬਾਹਾਂ ਵੀ ਮੇਰਾ ਕੱਖ ਨਹੀਂ ਵਿਗਾੜ ਸਕਣਗੀਆਂ, ਸਮਾਂ ਆਏਗਾ ਗੁਰੂ ਦੇ ਭਰੋਸੇ ਵੱਡੀਆਂ ਵੱਡੀਆਂ ਹਕੂਮਤਾਂ ਦੇ ਤਖ਼ਤ ਹਿਲਾ ਦੇਵਾਂਗੇ। ਉਸ ਮਹਾਂਪੁਰਖ ਨੇ ਮੁੱਠੀ ਭਰ ਆਪਣੇ ਨਾਲ ਜਥੇ ਦੇ ਸਿੰਘਾਂ ਨੂੰ ਲੈ ਕੇ ਹਕੂਮਤ ਨਾਲ ਟੱਕਰ ਲਈ ਹੈ। ਹਕੂਮਤਾਂ ਨਾਲ ਟੱਕਰ ਲੈਣੀ ਬੜੀ ਔਖੀ ਹੈ। ਹਿੰਦੁਸਤਾਨ ਪੰਜਵੀਂ ਸ਼ਕਤੀ ਮੰਨੀ ਜਾਂਦੀ ਸੀ ਆਪਣੇ ਸਮੇਂ ਦੀ।
ਇਹ ਕਿਹਦੇ ਭਰੋਸੇ ਕਿਹਦੀ ਸ਼ਕਤੀ ਸੀ? ਇੱਕ ਗੁਰੂ ਕਲਗੀਧਰ ਦਾ ਆਸਰਾ ਸੀ ਉਹਨਾਂ ਨੂੰ, ਉਹਨਾਂ ਦਾ ਭਰੋਸਾ ਸੀ ਭਾਈ ਰੂਪ ਚੰਦ ਵਰਗਾ, ਭਾਈ ਭੀਵੇ ਵਰਗਾ, ਆਪਣੇ ਗੁਰੂ ਦੇ ਉੱਤੇ। ਮਹਾਰਾਜ ਕਹਿੰਦੇ ਧਨ ਜਿਹੜਾ ਤੂੰ ਰੱਖਿਆ ਉਹਦੇ ਵਿੱਚ ਸਿੱਖਾਂ ਨੂੰ ਭੁਲੇਖਾ ਲੱਗ ਗਿਆ, ਪਰ ਸਿੱਖਾਂ ਨੇ ਬੇਈਮਾਨੀ ਨਹੀਂ ਕੀਤੀ। ਪਰ ਸਿੱਖਾਂ ਦਾ ਭਰੋਸਾ ਤੇਰੇ ਤੋਂ ਵੱਡਾ ਸੀ, ਕੇਵਲ ਉਹਨਾਂ ਨੇ ਸਾਡੇ ਵੱਲ ਵੇਖਿਆ, ਕਿਸੇ ਹੋਰ ਵੱਲ ਨਹੀਂ ਵੇਖਿਆ। ਤੂੰ ਇੱਕ ਪੀਰ ਨਹੀਂ, ਕੋਈ ਪੀਰ ਨਹੀਂ ਛੱਡਿਆ, ਹਰ ਪੀਰ ਦੀ ਮੰਨਤ ਮੰਨਦਾ ਰਿਹਾ। ਸੁਣ ਕਰ ਮੁਗਲ ਪਰਿਉ ਸ਼ਰਨ ਆਈ, ਤੇਰੀ ਕਿਸੇ ਪੀਰ ਨੇ ਵੀ ਰੱਖਿਆ ਨਹੀਂ ਕੀਤੀ। ਸਿੱਖ ਹੋ ਕੇ ਪੀਰਾਂ ਦੀਆਂ ਕਬਰਾਂ 'ਤੇ ਜਾ ਕੇ ਮੱਥੇ ਰਗੜਦੇ ਆ, ਦੀਵੇ ਜਗਾਉਂਦੇ ਆ, ਅਤੇ ਪੀਰਾਂ ਨੂੰ ਮੰਨਣ ਵਾਲਿਆਂ ਦੀ ਪੀਰਾਂ ਨੇ ਨਹੀਂ ਰੱਖਿਆ ਕੀਤੀ। ਗੁਰੂ ਮਹਾਰਾਜ ਅੱਗੇ ਕੋਈ ਪੀਰ ਪੂਰ ਨਹੀਂ ਅੜਦਾ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਖਡੂਰ ਸਾਹਿਬ ਗਏ, ਉੱਥੇ ਸਾਧ ਸੰਗਤ ਜੀ, ਪੀਰ ਦੀ ਕਬਰ ਸੀ ਖਡੂਰ ਸਾਹਿਬ ਵਿੱਚ, ਅੱਜ ਵੀ ਹੈ। ਸਿੰਘਾਂ ਨੇ ਕਿਹਾ ਵੀ ਪੀਰ ਦੀ ਕਬਰ ਢਾ ਦਈਏ। ਮਹਾਂਪੁਰਖ ਕਹਿਣ ਲੱਗੇ, ਭਾਈ ਕੋਈ ਮੰਨਣ ਵਾਲਾ ਹੈ ਪਿੰਡ ਵਿੱਚ? ਕਹਿੰਦੇ ਜੀ ਕੁਝ ਕੁ ਘਰ ਹੈ ਮੰਨਦੇ ਹੈ। ਕਹਿੰਦੇ ਫਿਰ ਰਹਿਣ ਦਿਓ, ਨਾ ਢਾਓ। ਉਹਨਾਂ ਬੰਦਿਆਂ ਨੇ ਕੀ ਪਤਾ ਸੰਤਾਂ ਦੇ ਪ੍ਰਤੀ ਗੱਲ ਪ੍ਰਚਲਿਤ ਕੀਤੀ ਖਡੂਰ ਸਾਹਿਬ 'ਚ। ਅਖੇ ਰਾਤ ਨੂੰ ਸੰਤਾਂ ਨੂੰ ਪੀਰ ਦਿਖਾਈ ਦੇ ਗਿਆ, ਸੰਤ ਡਰਦੇ ਕਹਿ ਗਏ ਵੀ ਕਬਰ ਨਾ ਢਾਇਓ, ਸੰਤਾਂ ਨੂੰ ਡਰਾਤਾ ਸਾਡੇ ਪੀਰ ਨੇ। ਸੰਤਾਂ ਕੋਲੇ ਗੱਲ ਆ ਗਈ ਦੂਜੇ ਦਿਨ, ਸੰਤ ਕਥਾ ਕਰਨ ਲੱਗ ਪਏ, ਸਾਰਾ ਖਡੂਰ ਸਾਹਿਬ, ਤਪਿਆਣਾ ਸਾਹਿਬ, ਸਰੋਵਰ ਦੀਆਂ ਪ੍ਰਕਰਮਾਂ ਭਰੀਆਂ ਹੋਈਆਂ। ਮੈਂ ਉਹਨਾਂ ਸ਼ਬਦਾਂ ਵਿੱਚ ਹੀ ਕਹਿਣਾ ਜੋ ਸ਼ਬਦ ਸੰਤਾਂ ਨੇ ਕਹੇ। ਕਹਿੰਦੇ ਮੈਨੂੰ ਪਤਾ ਲੱਗਾ ਵੀ ਆਹ ਗੱਲ ਕਿਸੇ ਨੇ ਕਹੀ ਹੈ। ਕਹਿੰਦੇ ਅਸੀਂ ਕਿਸੇ ਦਾ ਧਾਰਮਿਕ ਅਕੀਦਾ ਵਿਸ਼ਵਾਸ ਜਿਹੜਾ ਉਹਨੂੰ ਠੇਸ ਨਹੀਂ ਪਹੁੰਚਾਉਂਦੇ ਕਦੇ ਵੀ। ਕਿਸੇ ਦੇ ਧਾਰਮਿਕ ਸਥਾਨ ਢਾਉਣੇ ਸਿੱਖ ਧਰਮ ਦਾ ਨਿਯਮ ਨਹੀਂ, ਪਰ ਜਿਹੜੀ ਗੱਲ ਤੁਸੀਂ ਮੈਨੂੰ ਕਹਿ ਰਹੇ ਹੋ ਨਾ, ਕਰਤਾਰ ਸਿੰਘ ਆਪਣਾ ਛਰਲਾ ਮਾਰ ਦੇਵੇ, ਪੀਰ ਮੇਰਾ ਛਰਲਾ ਨਹੀਂ ਟੱਪ ਸਕਦਾ। ਕਹਿੰਦੇ ਕਹਿੰਦੇ ਕਿਹੜੀ ਗੱਲ ਤੁਸੀਂ ਕਰਦੇ ਹੋ? ਇਹੋ ਜਿਹੇ ਸਿਦਕ ਵਾਲੇ ਮਹਾਂਪੁਰਖ ਹੁੰਦੇ ਆ, ਐਸੇ ਗੁਰੂ ਕੇ ਲਾਲ ਹੁੰਦੇ ਆ, ਐਸੇ ਭਰੋਸੇ ਵਾਲੇ ਸਿੱਖ ਹੁੰਦੇ ਆ। ਸਾਧ ਸੰਗਤ ਜੀ, ਬੜੀ ਵੱਡੀ ਗੱਲ ਹੈ, ਬਣ ਜਾਏ ਸਾਡਾ ਜਾ ਕੇ ਹਿਰਦੈ ਵਿਸ਼ਵਾਸ ਪ੍ਰਵਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹ ਭਰੋਸਾ ਸਾਰੀ ਜ਼ਿੰਦਗੀ ਸੇਵਾ ਭਗਤੀ ਕਰਕੇ ਗੁਰੂ ਦੀ ਕਿਰਪਾ ਨਾਲ ਬਣਦਾ, ਇੱਕ ਦਿਨ 'ਚ ਨਹੀਂ ਇਹ ਬਖਸ਼ਿਸ਼ਾਂ ਹੁੰਦੀਆਂ। ਹਾਂ, ਜਿਨ੍ਹਾਂ 'ਤੇ ਗੁਰੂ ਨੇ ਕਿਰਪਾ ਕਰਨੀ ਉਹਨਾਂ ਨੂੰ ਇੱਕ ਪਲ ਵਿੱਚ ਵੀ ਨਿਵਾੜ ਸਕਦਾ ਹੈ। ਸੋ ਮਹਾਰਾਜ ਕਹਿੰਦੇ ਭਾਈ ਆਪਣੇ ਜਾਣ ਕੇ ਬਚਾ ਲਏ, ਤੇਰੇ ਪੀਰਾਂ ਨੇ ਤੇਰੀ ਰੱਖਿਆ ਨਹੀਂ ਕੀਤੀ। ਹੁਣ ਸਿੱਖੋ, ਪੀਰਾਂ ਦੀਆਂ ਕਬਰਾਂ 'ਤੇ ਜਾ ਕੇ ਦੀਵੇ ਜਗਾਉਂਦੇ ਹੋ, ਮੱਥੇ ਰਗੜਦੇ ਹੋ, ਸੱਚਾ ਸਤਿਗੁਰ ਛੱਡ ਕੇ ਮਨ ਮੁਖੋਏ ਬੰਦੇ ਦਾ ਬੰਦਾ, ਬੰਦਿਆਂ ਦੇ ਗੁਲਾਮ ਨਹੀਂ ਬਣਨਾ, ਸਤਿਗੁਰੂ ਦਾ ਓਟ ਆਸਰਾ ਲੈਣਾ ਹੈ। ਸੁਣ ਕਰ ਮੁਗਲ ਪਰਿਉ ਸ਼ਰਨ ਆਈ, ਸੁਣ ਕਰਕੇ ਮੁਗਲ ਚਰਨਾਂ ਵਿੱਚ ਢਹਿ ਗਿਆ, ਸਤਿਗੁਰਾਂ ਦੇ ਚਰਨ ਪਕੜ ਲਏ, ਭਾਗਾਂ ਵਾਲਾ ਬਣ ਗਿਆ। ਭਇਓ ਸਿੱਖ ਗੁਰਮਤਿ ਚਿੱਤ ਪਾਈ, ਗੁਰੂ ਮਹਾਰਾਜ ਕਹਿੰਦਾ ਮਹਾਰਾਜ ਸਿੱਖੀ ਦਾ ਦਾਨ ਦੇ ਦਿਓ।
ਜੇ ਸਿੱਖਾਂ ਦੀ ਇੱਜ਼ਤ ਵੀ ਦੁਨੀਆਂ ਵਿੱਚ ਬੁਲੰਦ ਕੀਤੀ, ਰਾਜ ਦਰਬਾਰ ਸਰਕਾਰਾਂ ਦੀਆਂ ਕਚਹਿਰੀਆਂ ਵਿੱਚ ਸਿੱਖਾਂ ਦੀ ਰੱਖਿਆ ਵੀ ਕੀਤੀ, ਵਾਲ ਨਹੀਂ ਸੜਨ ਦਿੱਤਾ, ਤੇ ਧੰਨ ਤੁਹਾਡੇ ਸਿੱਖ ਜਿਨ੍ਹਾਂ ਵਿੱਚ ਐਡੀ ਸੱਚੀ ਸੁੱਚੀ ਸਿੱਖੀ ਹੈ ਕਿ ਇੰਨੇ ਇਮਾਨਦਾਰ ਸਿੱਖ ਹੈ ਕਿ ਉਹਨਾਂ ਨੇ ਫਿਰ ਵੀ ਬੇਈਮਾਨੀ ਨਹੀਂ ਕੀਤੀ, ਮੇਰੀ ਮੋਹਰਾਂ ਮੇਰੀ ਅਮਾਨਤ ਲਿਆ ਕੇ ਮੈਨੂੰ ਫਿਰ ਮੋੜ ਦਿੱਤੀ ਜਦੋਂ ਦੁਬਾਰਾ ਲੱਭ ਗਈ। ਮਹਾਰਾਜ ਮੈਂ ਐਸੇ ਗੁਰੂ ਦਾ ਸਿੱਖ ਬਣਨਾ ਚਾਹੁੰਦਾ ਜਿਹੜਾ ਗੁਰੂ ਦੁੱਖਾਂ ਵਿੱਚ ਵੀ ਆਪਣੇ ਸਿੱਖਾਂ ਨੂੰ ਬਚਾਉਂਦਾ, ਜਿਹੜਾ ਗੁਰੂ ਆਪਣੇ ਸਿੱਖਾਂ ਵਿੱਚ ਸ਼ੁਭ ਗੁਣਾਂ ਨੂੰ ਐਨ ਹਿਰਦੇ ਦੇ ਵਿੱਚ ਨੱਕੋ ਨੱਕ ਭਰ ਦਿੰਦਾ। ਇਸ ਕਰਕੇ ਆਪਣੇ ਦਰ ਦਾ ਸਿੱਖ ਬਣਾ ਲਓ। ਮਹਾਰਾਜ ਜੀ ਨੇ ਆਗਿਆ ਦਿੱਤੀ, ਸਿੱਖੀ ਪਾਹੁਲ ਸਤਿਗੁਰਾਂ ਦੇ ਚਰਨਾਂ 'ਚੋਂ ਲਈ, ਗੁਰਮਤਿ ਧਾਰਨ ਕੀਤੀ। ਗੁਰੂ ਕਾ ਪ੍ਰਤਾਪ ਸਿੱਖਾਂ ਦੀ ਕਰਨੀ ਵੇਖ ਕੇ ਦੂਜੇ ਧਰਮਾਂ ਵਾਲੇ ਲੋਕ ਸਿੱਖ ਬਣਦੇ ਸਨ। ਇਹ ਗੁਰੂ ਘਰ ਦੀ ਵੱਡੀ ਮਹਿਮਾ ਸੀ। ਅੱਜ ਤਾਂ ਆਪਣੇ ਵੀ ਸਿੱਖੀ ਤੋਂ ਦੂਰ ਜਾ ਰਹੇ ਹੈ। ਧੰਨ ਧੰਨ ਕਹਿ ਜਹ ਕਹਿ ਸਾਰੇ ਸਾਰੇ ਜਿਨ੍ਹਾਂ ਜਿਨ੍ਹਾਂ ਨੇ ਪ੍ਰਸੰਗ ਸੁਣਿਆ ਸਾਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਜੈ ਜੈਕਾਰ ਕਰਦੇ ਹੈ। ਸਤਿਗੁਰ ਕੋ ਵੱਡ ਸੁਜਸ ਉਚਾਰੇ ਸਤਿਗੁਰੂ ਜੀ ਦਾ ਵੱਡਾ ਜਸ ਉਚਾਰਨ ਕਰਦੇ ਮਹਿਮਾ ਕਰਦੇ ਹਨ। ਇੱਕ ਪ੍ਰਤਾਪੂ ਸਿੱਖ ਚੱਲ ਆਇਓ ਇੱਕ ਪ੍ਰਤਾਪੂ ਨਾਮ ਸਿੱਖ ਦਾ ਉਹ ਚੱਲ ਕੇ ਸਤਿਗੁਰਾਂ ਦੇ ਦਰਸ਼ਨ ਕਰਨ ਆਇਆ ਹੈ। ਸਤਿਗੁਰ ਆਗੇ ਸੀਸ ਨਵਾਇਓ ਸਤਿਗੁਰਾਂ ਦੇ ਚਰਨਾਂ 'ਚ ਆ ਕੇ ਅੰਮ੍ਰਿਤਸਰ ਸਾਹਿਬ ਮੱਥਾ ਟੇਕਿਆ ਹੱਥ ਜੋੜ ਅਰਜੀ ਇਮ ਕਹੀ ਹੱਥ ਜੋੜ ਕੇ ਅਰਜੀ ਕੀਤੀ ਬੇਨਤੀ ਕੀਤੀ ਇਸ ਤਰ੍ਹਾਂ ਹਮਰੀ ਬ੍ਰਿਤ ਸ਼ਸਤਰ ਕੀ ਅਹੀ ਮਹਾਰਾਜ ਸਾਡੀ ਬਿਰਤੀ ਆ ਅਸੀਂ ਸ਼ਸਤਰਧਾਰੀ ਹਾਂ ਫੌਜਾਂ ਵਿੱਚ ਰਹਿੰਦੇ ਹਾਂ ਸ਼ਸਤਰਾਂ ਨਾਲ ਹੀ ਸਾਡਾ ਪਿਆਰ ਹੈ ਜਿਸ ਵਿਦ ਹੋਵੇ ਪ੍ਰਾਪਤ ਕਲਿਆਣ ਮਹਾਰਾਜ ਸਾਡਾ ਵੀ ਕਿਸੇ ਢੰਗ ਤਰੀਕੇ ਨਾਲ ਕਲਿਆਣ ਮੁਕਤੀ ਹੋ ਸਕਦੀ ਹੈ 84 ਚੋਂ ਨਰਕਾਂ ਵਿੱਚ ਜਾਣ ਤੋਂ ਬਚ ਸਕਦੇ ਹਾਂ ਆਪ ਕਰੋ ਉਪਦੇਸ਼ ਮਹਾਨਾ ਐਸਾ ਮਹਾਨ ਕੋਈ ਉਪਦੇਸ਼ ਸਿੱਖਿਆ ਸਾਨੂੰ ਵੀ ਦੇ ਦਿਓ ਸ਼੍ਰੀ ਮੁਕਤੇ ਤਬ ਤਿਸ ਕੋ ਭਖ ਸਤਿਗੁਰੂ ਜੀ ਨੇ ਉਸ ਸਿੱਖ ਨੂੰ ਬਚਨ ਕੀਤਾ ਉਸ ਸਮੇਂ ਆਏ ਕਾਲ ਜਬ ਕੋਈ ਨਾ ਰੱਖ ਕਹਿੰਦੇ ਜਦੋਂ ਭਾਈ ਕਾਲ ਆ ਗਿਆ ਨਾ ਮੌਤ ਆ ਗਈ ਕੋਈ ਨਹੀਂ ਰੱਖ ਸਕਦਾ ਬਚਾ ਨਹੀਂ ਸਕਦਾ ਦਾਵ ਕਾਲ ਕੋ ਨਾ ਬਚਾਇਓ ਦਸਮ ਪਾਤਸ਼ਾਹ ਜੀ ਦੇ ਬਚਨ ਹਨ ਜੇਕਰ ਕਾਲ ਨਹੀਂ ਇਸ ਆਵਾ ਜੇਕਰ ਜੀਵ ਦਾ ਕਾਲ ਨਹੀਂ ਆਉਂਦਾ ਮੌਤ ਨਹੀਂ ਆਉਂਦੀ ਹੈ ਤਾਂ ਰੱਖੋ ਨਿਤ ਕਾਲ ਰਹਾਵਾ ਇਹੀ ਕਾਲ ਉਹਦੀ ਰੱਖਿਆ ਕਰਦਾ ਉਹਨੂੰ ਬਚਾ ਬਚਾ ਕੇ ਰੱਖਦਾ ਹੈ ਸਮੇਂ ਤੋਂ ਪਹਿਲਾਂ ਜਾਂ ਤੇ ਧਰੈ ਧਰਮ ਨਿਜ ਜੋਧਾ ਜੋਧੇ ਦਾ ਬਹਾਦਰ ਦਾ ਸੂਰਮੇ ਦਾ ਧਰਮ ਹੈ ਸੂਰਮਤਾਈ ਨੂੰ ਬਰਕਰਾਰ ਰੱਖਣਾ ਸੂਰਮਤਾਈ ਨੂੰ ਪਰਪੱਕ ਰੱਖਣਾ ਆਪਣੇ ਜੀਵਨ ਵਿੱਚ ਨਹੀਂ ਜੁੱਧ ਮੈਂ ਤਿਆਗ ਹੈ ਕਰੋਧਾ ਔਰ ਜੋਧਾ ਜਿਹੜਾ ਹੈ ਜੁੱਧ ਵਿੱਚ ਕ੍ਰੋਧ ਨੂੰ ਤਿਆਗ ਕੇ ਬੀਰਸ ਨੂੰ ਧਾਰਨ ਕਰਕੇ ਰੱਖੇ ਬੀਰਸ ਹਮੇਸ਼ਾ ਬਣਾ ਕੇ ਰੱਖੇ ਬੀਰਸ ਤੋਂ ਕਦੇ ਪਿੱਛੇ ਨਾ ਹਟੇ ਸੰਤ ਅਤਿਤ ਦਿਜ ਤੇ ਨੂੰ ਰੰਗ ਮਹਾਰਾ ਕਹਿੰਦੇ ਸ਼ਸਤਰ ਕਦੋਂ ਚੁੱਕਣਾ ਸੰਤ ਜਿਹੜਾ ਕੋਈ ਪ੍ਰਭੂ ਦਾ ਪਿਆਰਾ ਨਾਮ ਜਪਣ ਵਾਲਾ ਸੰਤ ਹੋਵੇ ਅਤਿਥੀ ਹੋਵੇ ਯਤੀਮ ਹੋਵੇ ਔਰ ਬ੍ਰਾਹਮਣ ਹੋਵੇ ਤੈਨੂੰ ਹੋਵੇ ਗਾਂ ਹੋਵੇ ਰੰਕ ਗਰੀਬ ਹੋਵੇ ਕੋਈ ਵਿਚਾਰਾ ਜੋ ਇਨਕੋ ਦੁੱਖ ਦੇ ਅਤੰਕ ਜਿਹੜਾ ਕੋਈ ਅਤੰਕੀ ਇਹਨਾਂ ਨੂੰ ਦੁੱਖ ਦਿੰਦਾ ਅੱਤਵਾਦੀ ਸੰਤਾਂ ਨੂੰ ਕਹਿੰਦੇ ਸਨ ਸੰਤਾਂ ਨੇ ਤਾਂ ਗਰੀਬ ਬ੍ਰਾਹਮਣਾਂ ਦੀਆਂ ਲੜਕੀਆਂ ਵਸਾਈਆਂ
ਬ੍ਰਾਹਮਣਾਂ ਦੀ ਰਮਾਇਣ ਦੀ ਬੇਅਦਬੀ ਕਪੂਰ ਥੱਲੇ ਵਿੱਚ ਕਰ ਦਿੱਤੀ। ਉਹਦੇ ਖਿਲਾਫ ਕੇਸ ਲੜਨ ਲਈ 5000 ਰੁਪਇਆ ਵਕੀਲਾਂ ਦੀ ਫੀਸ ਦਿੱਤੀ। ਬਾਬਾ ਠਾਰਾ ਸਿੰਘ ਜੀ ਨੂੰ ਕਹਿ ਕੇ ਗੁਰਦਾਸਪੁਰ ਜੇਲ੍ਹ ਵਿੱਚ ਮੰਦਰ ਵੀ ਬਣਵਾਇਆ। ਜਦੋਂ ਗੁਰਦੁਆਰੇ ਦੀ ਸੇਵਾ ਕਰਾਈ, ਮੰਦਰ ਦੀ ਵੀ ਨਾਲ ਬਣਵਾਈ, ਸੇਵਾ ਕਰਾਈ। ਸੰਤ ਕੋਈ ਹਿੰਦੂ ਧਰਮ ਦੇ ਵਿਰੋਧੀ ਨਹੀਂ ਸੀ, ਇਹ ਗਲਤ ਪ੍ਰਚਾਰਿਆ ਗਿਆ। ਸੋ ਸਾਧ ਸੰਗਤ ਜੀ, ਆਤੰਕ ਅੱਤਵਾਦੀ ਉਹ ਹੈ ਜਿਹੜਾ ਧਰਮ 'ਤੇ ਹਮਲਾ ਕਰਦਾ, ਗੁਰ ਅਸਥਾਨਾਂ 'ਤੇ ਹਮਲਾ ਕਰਦਾ, ਕਿਸੇ ਦੇ ਹੱਕ ਮਾਰਦਾ। ਮਹਾਰਾਜ ਕਹਿੰਦੇ ਉਹ ਆਤੰਕੀ ਹੈ ਵੱਡਾ ਜਿਹੜਾ ਇਹਨਾਂ ਨੂੰ ਦੁੱਖ ਦਿੰਦਾ, ਸੰਤਾਂ ਨੂੰ ਦੁੱਖ ਦਿੰਦਾ, ਯਤੀਮਾਂ ਨੂੰ ਦੁੱਖ ਦਿੰਦਾ, ਬ੍ਰਾਹਮਣ ਨੂੰ, ਗਊ ਨੂੰ ਤੇ ਰੰਕ ਗਰੀਬ ਨੂੰ ਤੰਗ ਕਰਦਾ ਹੈ। ਤਹਾਂ ਧਰਮ ਕੋ ਜੰਗ ਮਚਾਵੇ। ਉੱਥੇ ਧਰਮ ਬਣਦਾ ਸੂਰਮੇ ਦਾ, ਉੱਥੇ ਜੰਗ ਕਰੇ ਐਸੇ ਜ਼ਾਲਮਾਂ ਦੇ ਨਾਲ। ਘਨੇ ਕੇ ਥੋੜੇ ਨਹਿ ਮੰਨ ਲਿਆਵੇ। ਇਹ ਨਾ ਵੇਖੇ ਥੋੜੇ ਆ ਬਹੁਤੇ ਆ, ਡਟ ਜਾਵੇ ਮੈਦਾਨ ਦੇ ਵਿੱਚ। ਧੰਨ ਬਾਬਾ ਗਰਜਾ ਸਿੰਘ ਜੀ, ਧੰਨ ਬਾਬਾ ਬੋਤਾ ਸਿੰਘ ਜੀ ਦੀ ਤਰ੍ਹਾਂ ਦੋਨੋਂ ਸਿੰਘ ਡਟ ਗਏ ਸਨ। ਨਵਾਬ ਜਕਰੀਏ ਦੇ ਖਿਲਾਫ ਦੋਨਾਂ ਨੇ ਟੈਕਸ ਲਾ ਦਿੱਤਾ ਸੀ ਸਾਧ ਸੰਗਤ ਜੀ। ਜਕਰੀਆ ਕਹਿੰਦਾ ਸੀ ਨਾ ਸਿੱਖ ਮਾਰਤੇ, ਬਾਬਾ ਗਰਜਾ ਸਿੰਘ ਬੋਤਾ ਸਿੰਘ ਉਸੇ ਵਾਂਗ ਤਾਨਾ ਲਾਇਆ, ਖੋਤੇ ਨੂੰ ਗੱਡਾ ਲਾਇਆ ਪੈਸਾ। ਆਖੋ ਭਾਬੀ ਖਾਨੋ ਨੂੰ ਆਖੇ ਸਿੰਘ ਬਰੋਤਾ, ਰਾਹ ਵਿੱਚ ਖੜੋਤਾ, ਹੱਥ ਵਿੱਚ ਮੋਟਾ ਸੋਟਾ। ਕਹਿੰਦੇ ਸਿੱਖ ਮਰੇ ਨਹੀਂ, ਸਿੱਖ ਅੱਜ ਵੀ ਜਿਉਂਦੇ ਹੈ। ਤੂੰ ਟੈਕਸ ਲੈਣਾ, ਖਾਲਸੇ ਨੇ ਵੀ ਟੈਕਸ ਲਾ ਦਿੱਤਾ ਲਾਹੌਰ ਤੋਂ ਅੰਮ੍ਰਿਤਸਰ ਨੂੰ ਆਉਣ ਵਾਲੀ ਤਰਨ ਤਾਰਨ ਸਾਹਿਬ ਕੋਲੇ ਸੜਕ 'ਤੇ ਪੁਲੀ ਸੀ ਨਾ, ਜਿਹੜਾ ਮੁਗਲਾਂ ਦਾ ਖੋਤਾ ਸਮਾਨ ਲੈ ਕੇ ਲੰਘਦਾ ਨਾ, ਉਹਨੂੰ ਪੈਸਾ ਲਾ ਤਾ, ਗੱਡੇ ਨੂੰ ਆਨਾ ਲਾ ਤਾ। ਕਹਿੰਦੇ ਇੱਥੇ ਭਰੋ ਸਾਡਾ ਟੈਕਸ, ਫਿਰ ਜਾਣ ਦਿਆਂਗੇ, ਕਿਉਂਕਿ ਖਾਲਸੇ ਦਾ ਰਾਜ ਹੈ, ਖਾਲਸੇ ਦੀ ਚੁੰਗੀ ਦੇਣੀ ਪੈਣੀ ਹੈ। ਐਸੇ ਗੁਰੂ ਕੇ ਲਾਲ, ਗੁਰੂ ਕੇ ਸਿੱਖ। ਸੋ ਸਾਧ ਸੰਗਤ ਜੀ, ਇਸ ਕਰਕੇ ਥੋੜੇ ਬਹੁਤਿਆਂ ਦਾ ਭੈ ਨਹੀਂ ਕਰਨਾ। ਜਥਾ ਸ਼ਕਤ ਕਰਤੋ ਰਹਿਦਾਨ, ਜਿੰਨੀ ਸ਼ਕਤੀ ਸਮਰੱਥਾ ਦਾਨ ਕਰਦੇ ਰਹਿਣਾ, ਦਾਨ ਆਪਣੀ ਕਮਾਈ ਵਿੱਚੋਂ ਦੇਣਾ ਹੈ। ਖਾਨ ਪਾਨ ਵਸਤਰਨ ਧਨ ਜਾਨ, ਸਿੱਖਾਂ ਨੂੰ ਛਕਣ ਵਾਸਤੇ ਭੋਜਨ, ਪਹਿਨਣ ਵਾਸਤੇ ਵਸਤਰ ਅਤੇ ਧਨ ਆਦਿਕ, ਦੁੱਧ ਆਦਿਕ, ਜਲ ਆਦਿਕ ਪਾਨ ਕਰਾਉਣਾ ਛਕਾਉਣਾ ਹੈ। ਕਰਬੇ ਦਾਨ ਸ਼ਸਤਰ ਕੇ ਮਾਹੀ, ਔਰ ਸ਼ਸਤਰਾਂ ਦਾ ਵੀ ਦਾਨ ਕਰਨਾ, ਕੀਮਤੀ ਕੀਮਤੀ ਸ਼ਸਤਰ ਗੁਰਸਿੱਖਾਂ ਨੂੰ ਲੈ ਕੇ ਦੇਣੇ ਹੈ, ਸ਼ਸਤਰਾਂ ਦਾ ਦਾਨ ਵੀ ਕਰਨਾ। ਇਸ ਕਰਕੇ ਸ਼ਸਤਰਾਂ ਦਾ ਦਾਨ ਵੀ ਕਰਦੇ ਰਹਿਣਾ ਹੈ। ਬਰਕਤ ਹੋ ਤਾਂ ਨਿਫਲ ਹੋਏ ਨਾਹੀਂ, ਕਹਿੰਦੇ ਦਾਨ ਕੀਤਾ ਨਿਸਫਲ ਨਹੀਂ ਜਾਂਦਾ, ਬਰਕਤਾਂ ਪੈ ਜਾਂਦੀਆਂ, ਖਜ਼ਾਨੇ ਭਰ ਜਾਂਦੇ ਹੈ ਦਾਨ ਕਰਨ ਵਾਲੇ, ਸੇਵਾ ਕਰਨ ਵਾਲੇ ਦੇ। ਸੋ ਜਸ ਜਗਤ ਕੈ ਸੁਧਾ ਸਮਾਨ, ਸੰਸਾਰ ਦੇ ਅੰਦਰ ਬੰਦੇ ਦਾ ਜਸ ਅੰਮ੍ਰਿਤ ਦੇ ਤੁੱਲ ਹੈ। ਬਿਖ ਸਮ ਆਪ ਜਸ ਕਰੇ ਸੁਹਾਨ, ਜਿਹੜਾ ਬੰਦੇ ਦਾ ਆਪ ਜਸ ਹੈ ਨਾ, ਅਪਮਾਨ, ਉਹ ਵਿਉਹ ਦੀ ਤਰ੍ਹਾਂ ਹੈ, ਜਿਵੇਂ ਜ਼ਹਿਰ ਸਾੜ ਦਿੰਦੀ, ਬੰਦਾ ਰੋਜ਼ ਮਰਦਾ ਸੜਦਾ ਹੈ। ਸੁਣ ਪ੍ਰਸੰਨ ਭਾਰਦਾ ਪ੍ਰਤਾਪ, ਇਹ ਕਹਿੰਦੇ ਵੀਰਤਾ ਦਿਖਾਉਂਦਿਆਂ, ਇਹਨਾਂ ਨਿਜਮਾਂ ਨੂੰ ਕਮਾਉਂਦਿਆਂ ਸ਼ਹੀਦ ਵੀ ਹੋ ਗਏ, ਤੁਹਾਡਾ ਦੁਨੀਆਂ ਵਿੱਚ ਜਸ ਹੋਏਗਾ। ਇਸ ਕਰਕੇ ਗੁਣ ਧਾਰਨ ਕਰਨੇ ਆ। ਸ਼ਸਤਰ ਕਦੋਂ ਚੁੱਕਣਾ? ਜਦੋਂ ਆਹ ਗੱਲਾਂ ਸਾਹਮਣੇ ਆਉਣ ਜਿਹੜੀਆਂ ਪਿੱਛੇ ਆਈਆਂ, ਘਰ ਦੀਆਂ ਲੜਾਈਆਂ ਪਿੱਛੇ, ਵੱਟ ਬੰਨਿਆਂ ਪਿੱਛੇ ਨਹੀਂ ਸ਼ਸਤਰ ਚੁੱਕ ਲੈਣੇ,
ਲੜਨ ਮਰਨ ਨਹੀਂ ਲੱਗ ਜਾਣਾ ਆਪਸ ਵਿੱਚ ਹੀ, ਅਤੇ ਫਿਰ ਕਹਾਉਣਾ ਸੂਰਮੇ, ਇੱਦਾਂ ਸੂਰਮੇ ਨਹੀਂ ਬਣਿਆ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਤੋਂ ਇਹ ਬਚਨ ਸੁਣ ਕੇ ਭਾਈ ਪ੍ਰਤਾਪੂ ਬੜਾ ਪ੍ਰਸੰਨ ਹੋਇਆ। ਨਮੋ ਕਰੀ ਗੁਰ ਲਖਿਓ ਪ੍ਰਤਾਪੂ, ਨਮਸਕਾਰ ਕੀਤੀ ਗੁਰੂ ਕਾ ਪ੍ਰਤਾਪ ਜਾਣ ਕੇ, ਗੁਰੂ ਕਾ ਜਸ ਜਾਣ ਕੇ, ਗੁਰੂ ਕਾ ਤੇਜ ਜਾਣ ਕੇ, ਗੁਰੂ ਕੀਆਂ ਮਹਾਨ ਬਰਕਤਾਂ ਸਮਝ ਕੇ ਕਿ ਸੱਚੇ ਪਾਤਸ਼ਾਹ ਮੇਰੇ ਉੱਤੇ ਬੜੀ ਕਿਰਪਾ ਕੀਤੀ, ਤੁਸੀਂ ਮੈਨੂੰ ਕਿਰਤਾਰਥ ਕਰ ਦਿੱਤਾ ਹੈ, ਸਮਾਂ ਹੁਣ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਹੈ। ਅੱਜ ਦੇ ਦੀਵਾਨ ਵਿੱਚ ਮਹਾਂਪੁਰਖ ਸੰਤ ਬਾਬਾ ਲੱਖਾ ਸਿੰਘ ਜੀ ਗੁਰਦੁਆਰਾ ਬਾਬਾ ਰਾਮ ਥੰਮਣ ਸਾਹਿਬ ਵਾਲੇ ਬਿਰਧ ਸਰੀਰ ਹੈ, ਸਰੀਰ ਢਿਲਾਈ ਦੇ ਵਿੱਚ ਹੈ, ਪਰ ਫਿਰ ਵੀ ਬਾਬਾ ਜੀ ਉਚੇਚੇ ਤੌਰ 'ਤੇ ਹਾਜ਼ਰੀ ਭਰਨ ਆਏ ਹੈ। ਸੰਤ ਬਾਬਾ ਗੁਰਭੇਜ ਸਿੰਘ ਜੀ ਖਡਾਲੇ ਵਾਲੇ, ਸੰਤ ਬਾਬਾ ਸੁਖਵੰਤ ਸਿੰਘ ਜੀ, ਸੰਤ ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਗੁਰਦੀਪ ਸਿੰਘ ਜੀ, ਭਾਈ ਮੇਜਰ ਸਿੰਘ ਜੀ, ਜਥੇਦਾਰ ਭਾਈ ਭੁਪਿੰਦਰ ਸਿੰਘ ਜੀ, ਮਹਾਂਪੁਰਖਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ, ਸਭ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਹੈ। ਸੰਗਤ ਜੀ, ਚਾਹ ਪਕੌੜਿਆਂ ਦਾ ਲੰਗਰ ਸੰਤ ਬਾਬਾ ਸੁਰਿੰਦਰ ਸਿੰਘ ਜੀ ਅਟਲ ਸਾਹਿਬ ਵਾਲਿਆਂ ਵੱਲੋਂ ਚੱਲ ਰਿਹਾ। ਦੀਵਾਨ ਵਿੱਚ ਸਮੇਂ ਸਿਰ ਪਹੁੰਚ ਜਾਇਆ ਕਰੋ। ਪਹਿਲਾਂ ਚਾਹ ਪਾਣੀ, ਪਕੌੜੇ, ਛਬੀਲਾਂ ਤੋਂ ਜਾਲ, ਹੁਣ ਤੁਸੀਂ ਅਰਦਾਸ ਤੋਂ ਉਪਰੰਤ ਸ਼੍ਰੀ ਮੁਖ ਵਾਕ ਸੁਣ ਕੇ ਪ੍ਰਿੰਸੀਪਲ ਸਰਦਾਰ ਗੁਰਦੀਪ ਸਿੰਘ ਜੀ ਕੁਝ ਬੇਨਤੀਆਂ ਕਰਨਗੇ। ਉਹ ਬੇਨਤੀਆਂ ਵੀ ਸੁਣਨੀਆਂ ਹਨ ਸਮਾਗਮਾਂ ਪ੍ਰਤੀ। ਨਾਲ ਦੇਗ ਲੈ ਕੇ ਫਿਰ ਲੰਗਰ ਤਿਆਰ ਹੈ। ਸਾਰੀ ਸੇਵਾ ਜਥੇਦਾਰ ਬਾਬਾ ਅਜੀਤ ਸਿੰਘ ਜੀ ਨਿਭਾ ਰਹੇ ਹਨ ਲੰਗਰਾਂ ਦੀ, ਔਰ ਬਾਕੀ ਸਾਰੇ ਸਿੰਘ ਆਪੋ ਆਪਣੀ ਥਾਂ 'ਤੇ ਸੇਵਾ ਵਿੱਚ ਲੱਗੇ ਹੈ। ਲੰਗਰ ਛਕ ਕੇ ਫਿਰ ਸਾਰਿਆਂ ਨੇ ਜਾਣਾ। ਇਤਨੀਆਂ ਬੇਨਤੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਸੁਣ ਪ੍ਰਸੰਨ ਭਾਰਦੈ ਪ੍ਰਤਾਪੂ, ਨਮੋ ਕਰੀ ਗੁਰ ਲਖਿਓ ਪ੍ਰਤਾਪੂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਉੱਚੇ ਤੇ ਉੱਚਾ ਭਗਵੰਤ, ਸਗਲ ਸਮਗਰੀ ਤੁਮਰੈ, ਤੁਮ ਤੇ ਹੋਏ ਸੁਆਕਾਰੀ, ਤੁਮਰੀ ਗਤ ਮਿਤ ਨਾਨਕ ਦਾਸ ਸਦਾ ਕੁਰਬਾਨੀ, ਤੁਧ ਆਗੈ ਅਰਦਾਸ ਹਮਾਰੀ।
ਜੀ ਦਾ ਧਿਆਨ ਧਰ ਕੇ ਬੋਲੋ ਜੀ। ਆਪ ਜੀ ਦੇ ਸਾਜੇ ਨਿਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਿਵਾਸਾਂ ਸੰਗਨਵਾਹੀ ਤਿਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆ ਦੇਖ ਦੇਖ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਲ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਸਤਿਗੁਰੂ ਜੀ। ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਕਰ ਕਮਲਾਂ ਤੋਂ ਬਰਸਾਈ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ ਤਿਨਾਂ ਦੀ ਅਗਵਾਈ ਹੇਠ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਮਨਾਉਂਦਿਆਂ ਦਮਦਮੀ ਟਕਸਾਲ ਦੇ ਮੁੱਖ ਕੇਂਦਰੀ ਅਸਥਾਨ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਜੂਨ 84 ਦੇ ਤੀਸਰੇ ਸ਼ਹੀਦੀ ਘੱਲੂ ਨੁਕਾਰੇ ਨੂੰ ਸਮਰਪਿਤ ਅਤੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਪਾਵਨ ਦੀਵਾਨ ਸਜਾਏ ਗਏ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਜੇ ਹੋਏ ਦੀਵਾਨਾਂ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਦੇ ਕੀਰਤਨ ਉਪਰੰਤ ਮਹਾਂਪੁਰਖਾਂ ਵੱਲੋਂ ਗੁਰ ਇਤਿਹਾਸ ਕਥਾ ਵਿਚਾਰ ਹੋਈ ਹੈ। ਸਤਿਗੁਰੂ ਜੀ ਕਥਾ ਵਿਚਾਰ ਕਰਦਿਆਂ ਕੀਰਤਨ ਕਰਦਿਆਂ ਹੋਈਆਂ ਭੁੱਲਾਂ ਦੀ ਆਪ ਜੀ ਨੇ ਕਿਰਪਾ ਕਰਕੇ ਮਾਫ਼ੀ ਬਖਸ਼ਿਸ਼ ਕਰਨੀ ਹੈ। ਗਾਂਹ ਵਾਸਤੇ ਸਮੱਤ ਬਖਸ਼ਿਸ਼ ਕਰਨੀ ਆਪ ਜੀ ਨੇ ਕਿਰਪਾ ਕਰਨੀ। ਗੁਰਬਾਣੀ ਕਥਾ ਕੀਰਤਨ ਦਾ ਭਾਵ ਦਾਰਾਈਆਂ ਸੰਗਤਾਂ ਦੇ ਹਿਰਦਿਆਂ 'ਤੇ ਵਸਾਉਣਾ ਆਈ ਹੋਈ ਸੰਗਤ ਦੀ ਹਾਜ਼ਰੀ ਤਿਲ ਭੁਲ ਭੇਟਾ ਆਪਣੇ ਦਰ 'ਤੇ ਪ੍ਰਵਾਨ ਕਰਨੀ ਦਰੋਂ ਘਰੋਂ ਗੁਰਸਿੱਖੀ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਆਪ ਜੀ ਨੇ ਕਿਰਪਾ ਕਰਨੀ। ਰਹਿੰਦੇ ਸ਼ਹੀਦੀ ਸਮਾਗਮ ਆਪਣੀ ਦਇਆ ਦ੍ਰਿਸ਼ਟੀ ਅੰਦਰ ਆਪ ਨਿਰਵਿਘਨ ਸੰਪੂਰਨ ਕਰਵਾ ਲੈਣੇ। ਸਤਿਗੁਰੂ ਸੱਚੇ ਪਾਤਸ਼ਾਹ ਜੀਓ ਸਜੇ ਹੋਏ ਦੀਵਾਨਾਂ ਨੂੰ ਮੁੱਖ ਰੱਖਦਿਆਂ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ। ਸਤਿਗੁਰੂ ਜੀ ਦੇਖ ਤਿਆ ਅੱਜ ਦੀ ਦੇਖ ਦੀ ਸੇਵਾ ਮਾਸਟਰ ਜਸਵੰਤ ਸਿੰਘ ਜੀ, ਭਾਈ ਸੁੱਚਾ ਸਿੰਘ ਜੀ, ਭਾਈ ਸੁਖਵਿੰਦਰ ਸਿੰਘ ਜੀ, ਭਾਈ ਹਰਜਿੰਦਰ ਸਿੰਘ ਜੀ, ਬਾਬਾ ਗੁਰਭੇਜ ਸਿੰਘ ਜੀ ਖਜਾਲੇ ਵਾਲੇ, ਗੁਪਤਦਾਨ ਬਾਬਾ ਗੁਰਮੀਤ ਸਿੰਘ ਜੀ, ਭਾਈ ਕਸ਼ਮੀਰ ਸਿੰਘ ਜੀ, ਭਾਈ ਕਸ਼ਮੀਰ ਸਿੰਘ ਜੀ ਕਾਲਾ ਸਰਪੰਚ, ਭਾਈ ਪ੍ਰਹਮਵੀਰ ਸਿੰਘ ਜੀ, ਮਾਸਟਰ ਜਗਰੂਪ ਸਿੰਘ ਜੀ, ਭਾਈ ਕਸ਼ਮੀਰ ਸਿੰਘ ਜੀ ਲੁਧਿਆਣਾ, ਪੰਡਿਤ ਰਾਮਸੂ ਜੀ, ਗੁਰਦਿਆਲ ਸਿੰਘ ਜੀ, ਸਰਗੁਣ ਜੀਤ ਕੌਰ, ਸੁਖਮਨੀ ਸਾਹਿਬ ਸੇਵਾ ਸੁਸਾਇਟੀ,
ਭਾਈ ਨਿਰਮਲ ਸਿੰਘ ਜੀ, ਭਾਈ ਗੁਰਪਿੰਦਰ ਸਿੰਘ ਜੀ, ਭਾਈ ਮੁਖਤਿਆਰ ਸਿੰਘ ਜੀ, ਜੋਬਨਵੀਰ ਸਿੰਘ ਜੀ, ਭਾਈ ਗੁਰਦੀਪ ਸਿੰਘ ਜੀ, ਭਾਈ ਗੁਰਜੰਟ ਸਿੰਘ ਜੀ, ਜਥੇਦਾਰ ਮਹਿੰਦਰ ਸਿੰਘ ਜੀ, ਬਾਬਾ ਸੁਖਵੰਤ ਸਿੰਘ ਜੀ, ਬਾਬਾ ਰਣਜੀਤ ਸਿੰਘ ਜੀ, ਭਾਈ ਛਿੰਦਾ ਸਿੰਘ ਜੀ, ਭਾਈ ਗੁਰਦੇਵ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ ਟਾਹਲੀ ਸਾਹਿਬ, ਭਾਈ ਹਰਪਾਲ ਸਿੰਘ ਜੀ, ਭਾਈ ਹਰਪਾਲ ਸਿੰਘ ਜੀ, ਭਾਈ ਸੰਦੀਪ ਸਿੰਘ, ਤਿੰਨਾਂ ਵੱਲੋਂ ਹੋਈ ਹੈ ਸੇਵਾ ਦਰ ਪ੍ਰਵਾਨ ਕਰਨੀ ਸਤਿਗੁਰੂ ਜੀ। ਦੇਖ ਸਜਾਉਂਦਿਆਂ ਹਜ਼ੂਰ ਗੁਰਬਾਣੀ ਪੜ੍ਹਦਿਆਂ ਹੋਈਆਂ ਭੁਲਾਂ ਦੀ ਆਪ ਜੀ ਨੇ ਕਿਰਪਾ ਕਰਕੇ ਮਾਫ਼ੀ ਬਖਸ਼ਿਸ਼ ਕਰਨੀ, ਅਗਾਂਹ ਵਾਸਤੇ ਸਮਾਤ ਬਖਸ਼ਿਸ਼ ਕਰਨੀ। ਆਪ ਜੀ ਕਰੋ ਕਿਰਪਾ ਕਰੀ ਪਾਕਸਾਲ ਸੋਚ ਪਵਿੱਤਰਾ, ਹੁਣ ਲਾਭ ਭੋਗਾ ਰਾਏ, ਆਪ ਜੀ ਕਾ ਭੋਗ ਲੱਗਿਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਂਦੀ ਆਪ ਆਗਿਆ ਬਖਸ਼ਿਸ਼ ਕਰੋ, ਜੋ ਜੀ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਜਪੇ। ਆਪ ਜੀ ਨੇ ਕਿਰਪਾ ਕਰਨੀ ਦਮਦਮੀ ਟਕਸਾਲ ਦੀ, ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਚੜ੍ਹਦੀ ਕਲਾ ਕਰਨੀ ਜਥੇਬੰਦੀ ਵੱਲੋਂ ਚੱਲ ਰਹੀਆਂ ਸਮੁੱਚੀਆਂ ਸੇਵਾਵਾਂ ਆਪ ਜੀ ਨੇ ਆਪਣੀ ਦਇਆ ਦ੍ਰਿਸ਼ਟੀ ਇੰਦਰਾਮ ਨਿਰਵਿਘਨ ਸੰਪੂਰਨ ਕਰਵਾ ਲੈਣੀਆਂ। ਆਪ ਜੀ ਕਰੋ ਕਿਰਪਾ ਗੁਰਬਾਣੀ ਦੇ ਚੱਲ ਰਹੇ ਪਰਾਹਾਂ ਵਿੱਚੋਂ ਪਾਵਨ ਪੁੱਤਰ ਹੁਕਮਨਾਮਾ ਬਖਸ਼ਿਸ਼ ਕਰਕੇ ਨਿਹਾਲ ਕਰਤਾਰਥ ਕਰੋ। ਆਪ ਜੀ ਦੇ ਹੁਕਮ 'ਤੇ ਚੱਲਣ ਦੀ ਬਾਲ ਬੋਧੀ ਸਮਰੱਥਾ ਬਖਸ਼ਿਸ਼ ਕਰੋ। ਸਹੀ ਗੁਰਮੁਖ ਪਿਆਰੇ ਮਿਲੋ, ਜਿੰਨਾ ਮਿਲਿਆ ਆਪ ਜੀ ਦਾ ਪੁੱਤਰ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਕੀ ਰਹਿ ਨ ਕੋਈ, ਵਾਰ ਹੋਏ ਸਭ ਮਿਲੇਂਗੇ, ਬਚੇ ਸਰਣ ਜੋ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੁਤਰੇ ਪਾਰ, ਜੋ ਸ਼ਰਧਾ ਕਰ ਸਿਮ ਦੇ ਗੁਰ ਪਾਰ ਉਤਾਰ, ਜੋ ਸ਼ਰਧਾ ਕਰ ਸਿਮ ਦੇ ਗੁਰ ਪਾਰ ਉਤਾਰਨ, ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ। ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ।